पंजाबी रेडियो यूएसए सुन रहे सारे स्रोतियां नूं मेरे जगमोहन सिंह वल्लों प्यार भरी सत श्री अकाल। अज 14 दसंबर दिन बुधवार ते तुहाडा सब दा निघा स्वागत करदे आं सवेर दे प्रोग्राम खबर ते नज़र दे विच। सवेर दे प्रोग्राम खबर ते नज़र दे विच साडे नाल जुड़दे ने मलोड स्टूडियो तों मिंटू गुरसरिया जी। मिंटू जी, स्वागत करदे आं तुहाडा प्रोग्राम दे विच, सत श्री अकाल जी। जी, ते खबरां दी शुरुआत करन तों पहलां धन्नवाद करदे आं अपने स्पॉन्सर्स दा जिन्हां ने इस प्रोग्राम दे विच सहयोग पा के इस प्रोग्राम नूं तुहाडे तक पहुंचाया। अज दीआं इस खबरां नूं स्पॉन्सर कर रहे हन खालसा इंश्योरेंस एजेंसी वाले सैन होजे तों, जो कि हर प्रकार दी इंश्योरेंस करदे हन अते किसी भी तरह दी इंश्योरेंस दी जानकारी दे लई तुसीं इन्हां नूं कॉल कर सकदे हो 408-272-2500 ते। इस दे नाल नाल कृष्णपाल सिंह धनोता यूबा सिटी तों, हरजिंदर सिंह गुरप्रीत कौर चौहान बेकरफील्ड तों, पंजाबी अमेरिकन सीनियर सिटीजन सोसायटी बेकरफील्ड अते लाली सिद्धू जी बेकरफील्ड तों, इन्हां सारे स्रोतियां दा बहुत बहुत धन्नवाद। ते मिंटू जी, अज दे खबरां दा इह सिलसिला शुरू करदे हां। सब तों पहली खबर जिहड़ी जी आ रही है जी, मोदी कहिंदे मैनूं बोलन नहीं दे रहा ते मेरे कोल उहदे खिलाफ भ्रिष्टाचारी दे सबूत, इह कौण कह रहा? इह राहुल गांधी कह रहा जी। जी, कहिंदा कि मेरे कोल ਇਹਦੇ ਭ੍ਰਿਸ਼ਟਾਖੋਰੀ ਦੇ ਸਬੂਤ ਆ। ਪਰ ਇੱਥੇ ਸਥਿਤੀ ਬੜੀ ਅਜੀਬੋ ਗਰੀਬ ਜੀ ਬਣੀ ਪਈ ਆ ਕਿ ਨਰਿੰਦਰ ਮੋਦੀ ਕਹਿੰਦਾ ਮੈਨੂੰ ਸੰਸਦ ਦੇ ਵਿੱਚ ਬੋਲਣ ਨਹੀਂ ਦਿੰਦੇ, ਰਾਹੁਲ ਗਾਂਧੀ ਕਹਿੰਦਾ ਕਿ ਮੈਨੂੰ ਸੰਸਦ ਦੇ ਵਿੱਚ ਬੋਲਣ ਨਹੀਂ ਦਿੰਦੇ, ਮੇਰੇ ਕੋਲ ਬਹੁਤ ਸਾਰੇ ਨਿੱਜੀ ਸਬੂਤ ਇਹੋ ਜਿਹੇ ਜਿਹੜੇ ਨਰਿੰਦਰ ਮੋਦੀ ਨੂੰ ਲਿਪਤ ਪਾਉਂਦੇ ਭ੍ਰਿਸ਼ਟਾਖੋਰੀ ਦੇ ਵਿੱਚ ਸਾਬਤ ਕਰਦੇ ਆ। ਸੋ ਬਹੁਤ ਅਜੀਬ ਜੀ ਹਾਲਤ ਬਣੀ ਪਈ ਹੈ ਕਿ ਵਿਰੋਧੀ ਧਿਰ ਵੀ ਕਹੀ ਜਾਂਦੇ ਆ ਕਿ ਸਾਨੂੰ ਬੋਲਣ ਨਹੀਂ ਦਿੰਦੇ, ਦੂਜੇ ਹਾਕਮ ਧਿਰ ਵਾਲੇ ਸੱਤਾਧਾਰੀ ਆ ਜਿਹੜੇ ਉਹ ਵੀ ਕਹਿੰਦੇ ਸਾਨੂੰ ਬੋਲਣ ਨਹੀਂ ਦਿੰਦੇ, ਤੇ ਲੋਕ ਹੁਣ ਕਹਿਣ ਲੱਗ ਪਏ ਆ ਇਹ ਤੇ ਦੋਵੇਂ ਇੱਕ ਦੂਜੇ ਨੂੰ ਕਹਿੰਦੇ ਸਾਨੂੰ ਉਹ ਨਹੀਂ ਬੋਲਣ ਦਿੰਦੇ, ਸਾਨੂੰ ਉਹ ਨਹੀਂ ਬੋਲਣ ਆ ਕਿ ਹੁਣ ਸਦਨ ਦੇ ਵਿੱਚ ਇਹ ਚਰਚਾ ਕਰ ਲੈਣੀ ਚਾਹੀਦੀ ਆ ਕਿ ਬੋਲਣ ਕੌਣ ਨਹੀਂ ਦੇਣ ਡਿਆ ਤੁਹਾਡੇ ਚੋਂ, ਇਸ ਗੱਲ ਤੇ ਬਹਿਸ ਹੋਣੀ ਚਾਹੀਦੀ ਆ ਕਿ ਵਾਸਤਵਿਕਤਾ ਕੀ ਹੈ, ਤੁਹਾਨੂੰ ਕੌਣ ਰੋਕ ਰਿਹਾ। ਦੂਜੀ ਗੱਲ ਜਿਹੜੀ ਅੱਜ ਰਾਹੁਲ ਗਾਂਧੀ ਨੇ ਗੱਲ ਕਹੀ ਹੈ ਕਿ ਮੇਰੇ ਕੋਲ ਸਬੂਤ ਬੜੇ ਆ, ਸਬੂਤ ਦੇਖੋ ਜੀ ਉਹਦੇ ਕੋਲ ਸਬੂਤ ਆ ਭ੍ਰਿਸ਼ਟਾਖੋਰੀ ਦੇ, ਉਹ ਕਹਿੰਦਾ ਕਿ ਜੇ ਮੈਂ ਸਾਰੇ ਸਬੂਤ ਰੱਖਾਂਗਾ ਸੰਸਦ ਦੇ ਵਿੱਚ ਤੇ ਗੁਬਾਰਾ ਫਟ ਜੂ ਮੋਦੀ ਦਾ। ਭਾਜਪਾ ਕਹਿੰਦੇ ਆ ਕਿ ਇਹਨਾਂ ਦਾ ਕੀ ਹੈ, ਇਹ ਤੇ ਆਪ ਭ੍ਰਿਸ਼ਟਾਖੋਰੀਆਂ ਕਰਦੇ ਕਰਦੇ ਇੱਥੇ ਤੱਕ ਆਏ ਆ, ਉਹ ਇਹਨਾਂ ਨੂੰ ਮੋੜਵਾਂ ਜਵਾਬ ਦਿੰਦੇ ਆ। ਪਰ ਸਾਰੀ ਗੱਲਬਾਤ ਹੈ ਜਿਹੜੀ ਉਹ ਇਸ ਗੱਲ ਤੇ ਕੇਂਦਰਿਤ ਹੈ, ਉਹ ਸਾਨੂੰ ਨਹੀਂ ਬੋਲਣ ਦਿੰਦੇ, ਉਹ ਸਾਨੂੰ ਨਹੀਂ ਬੋਲਣ ਦਿੰਦੇ। ਦੇਖੋ ਇਸੇ ਬੋਲ ਬਲਈਏ ਦੇ ਵਿੱਚ ਹੀ ਸੰਸਦ ਦਾ ਸਾਰਾ ਸੈਸ਼ਨ ਰੁੜ ਗਿਆ, ਸਿਰਫ ਤੇ ਸਿਰਫ 2 ਦਿਨ ਬਚੇ ਆ। ਉਮੀਦ ਨਹੀਂ ਹੈ, ਤਵੱਕੋ ਨਹੀਂ ਹੈ ਇਸ ਗੱਲ ਦੀ ਕਿ ਇਹ ਜਿਹੜੇ 2 ਦਿਨ ਬਚੇ ਆ ਇਹਨਾਂ ਦੇ ਵਿੱਚ ਕੋਈ ਕੰਮ ਕਾਰ ਹੋਏਗਾ। ਹੁਣ ਰਾਹੁਲ ਗਾਂਧੀ ਨੇ ਜਿਹੜਾ ਤੀਰ ਛੱਡਿਆ ਇਹ ਵੈਸੇ ਪਾਰਾ ਤੇ ਬਹੁਤ ਆ, ਜੇ ਦੇਖੀਏ ਪ੍ਰਧਾਨ ਮੰਤਰੀ ਤੇ ਸਿੱਧੇ ਰੂਪ ਦੇ ਵਿੱਚ ਦੋਸ਼ ਲੱਗੇ ਆ, ਪਰ ਦੋਸ਼ ਅਰਵਿੰਦ ਕੇਜਰੀਵਾਲ ਵੀ ਇਹੋ ਜਿਹੇ ਬਹੁਤ ਵਾਰੀ ਲਾ ਚੁੱਕਾ। ਉਹਨੇ ਅਸੈਂਬਲੀ ਦੇ ਵਿੱਚ ਇੱਕ ਵਾਰੀ ਸਪੈਸ਼ਲ ਸੈਸ਼ਨ ਸੱਦ ਕੇ ਇਹੋ ਜਿਹੇ ਦੋਸ਼ ਲਾਏ ਆ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ, ਪਰ ਰਾਹੁਲ ਗਾਂਧੀ ਜਿਹੜੇ ਦੋਸ਼ ਲਾਉਂਦਾ ਪਿਆ ਇਹਨਾਂ ਦੋਸ਼ਾਂ ਦੀ ਬੁਨਿਆਦ ਤੇ ਪਤਾ ਨੀ ਕਿੰਨੀ ਕੱਚੀ ਹੈ ਕਿੰਨੀ ਪੱਕੀ ਹੈ, ਪਰ ਹਾਲ ਦੀ ਘੜੀ ਉਹ ਪੂਰੇ ਚਰਚਾ ਦੇ ਵਿੱਚ ਆ। ਇਹ ਕਿਉਂ ਕਰਦਾ ਪਿਆ, ਇਸ ਤਰ੍ਹਾਂ ਦੀ ਇਹਨੇ ਇਹ ਗੱਲ ਕਿਉਂ ਕਹੀ? ਕਿਉਂਕਿ ਸੰਸਦ ਦੇ ਵਿੱਚ ਅੱਜ ਪ੍ਰਧਾਨ ਮੰਤਰੀ ਵੀ ਸੀਗਾ, ਉੱਥੇ 12 ਵਜੇ ਤੱਕ ਮਾੜਾ ਜਿਹਾ ਚੱਲਿਆ ਕੰਮ ਕਾਰ, ਫਿਰ ਠੱਪ ਹੋ ਗਿਆ ਰੌਲੇ ਰੱਪੇ ਦੇ ਦਰਮਿਆਨ। ਰਾਹੁਲ ਗਾਂਧੀ ਉੱਥੇ ਬੋਲਣ ਦੀ ਬਜਾਏ ਬਾਹਰ ਆ ਕੇ ਪ੍ਰੈਸ ਵਾਰਤਾ ਕਰਦਾ, ਪੱਤਰਕਾਰਾਂ ਦੇ ਮੁਖਾਤਬ ਹੁੰਦਾ, ਉੱਥੇ ਇਹ ਗੱਲ ਕਹਿੰਦਾ ਕਿ ਮੇਰੇ ਕੋਲ ਨਿੱਜੀ ਇਹੋ ਜਿਹੇ ਤੱਥ ਨੇ, ਨਿੱਜੀ ਸਬੂਤ ਨੇ ਜਿਹੜੇ ਮੋਦੀ ਦੇ ਖਿਲਾਫ ਭ੍ਰਿਸ਼ਟਾਖੋਰੀ ਦੇ ਮਾਮਲਿਆਂ ਦੇ। ਸੋ ਇੱਥੋਂ ਜਾਪਦਾ ਹੈ ਕਿ 2 ਚੀਜ਼ਾਂ ਹੋ ਸਕਦੀਆਂ, ਇੱਕ ਤੇ ਰਾਹੁਲ ਗਾਂਧੀ ਜਾਂ ਤੇ ਇਹ ਚਾਹੁੰਦਾ, ਉਹਦੀ ਮਨਸ਼ਾ ਇਹ ਹੋ ਸਕਦੀ ਹੈ ਕਿ ਜਿਹੜੇ ਤੱਥ ਜਾਂ ਜਿਹੜੀਆਂ ਵੀ ਉਹਨਾਂ ਦੇ ਕੋਲ ਚੀਜ਼ਾਂ ਨੇ ਜਿਹਦੇ ਆਧਾਰ ਤੇ ਉਹ ਨਰਿੰਦਰ ਮੋਦੀ ਦੇ ਖਿਲਾਫ ਇਲਜ਼ਾਮ ਤਰਾਸ਼ ਕਰਦੇ ਪਏ ਆ, ਕਿ ਉਹਨਾਂ ਨੂੰ ਸੰਸਦ ਦੇ ਰਿਕਾਰਡ 'ਚ ਲਿਆਂਦਾ ਜਾਵੇ, ਇੱਕ। ਜਾਂ ਫਿਰ ਇਹ ਹੋ ਸਕਦੀ ਹੈ ਮਨਸ਼ਾ ਕਿ ਉਹਨਾਂ ਦੇ ਕੋਲ ਕੱਖ ਵੀ ਨਾ ਹੋਵੇ ਤੇ ਸਾਰਾ ਦੇਸ਼ ਹੈ ਜਿਹੜਾ ਉਹ ਇਸ ਗੱਲੋਂ ਗੁੱਸੇ ਦੇ ਵਿੱਚ ਆ ਕਿ ਸਾਨੂੰ ਲੈਣਾ ਦੇ ਵਿੱਚ ਖਿਲਾ ਰਿਹਾ, ਆਪ ਇਹ ਉੱਥੋਂ ਬਸ ਮਾੜੀ ਜੀ ਇੱਕ ਦੂਜੇ ਨਾਲ ਬਹਿਸ ਵਸਾਈ ਕਰਕੇ ਆਪੋ ਆਪਣੇ ਘਰਾਂ ਨੂੰ ਆਪੋ ਆਪਣੇ ਬੰਗਲਿਆਂ ਨੂੰ ਤੁਰ ਪੈਂਦੇ ਆ, ਸਦਨ ਦੇ ਵਿੱਚ ਕਰਦੇ ਕੋਈ ਨਹੀਂ। ਸਾਡੇ ਜਿਹੜੇ ਇਹ ਖਜਲ ਖੁਆਰੀਆਂ ਦੇ ਦੌਰ ਆ ਇਹਨਾਂ ਤੇ ਕੋਈ ਚਰਚਾ ਨਹੀਂ, ਕੋਈ ਬਹਿਸ ਨਹੀਂ। ਤਾਂ ਮੇਰੇ ਖਿਆਲ ਦੇ ਨਾਲ ਦੇਸ਼ ਦੇ ਸਾਹਮਣੇ ਫਿਰ ਸੱਚਾ ਹੋਣ ਲਈ ਰਾਹੁਲ ਗਾਂਧੀ ਇਹੋ ਜਿਹਾ ਨਾਟਕ ਕਰਦੇ ਪਏ ਆ ਕਿ ਜੀ ਸਾਨੂੰ ਤੇ ਬੋਲਣ ਨਹੀਂ ਦਿੰਦੇ, ਸਾਡੇ ਕੋਲ ਬਹੁਤ ਕੁਛ ਸੀ, ਸਾਥੋਂ ਡਰਦੇ ਆ। ਇਹ 2 ਹੀ ਸਵਾਲ ਹੈ ਜਿਹੜੇ ਉਹ ਹਾਲ ਦੀ ਘੜੀ ਜਾਪਦੇ ਆ, ਪਰ ਜੋ ਮਰਜ਼ੀ ਹੈ
ਅੱਜ ਦੀ ਤਰੀਕ ਦੇ ਵਿੱਚ ਮੇਰੇ ਖਿਆਲ ਦੇ ਨਾਲ ਲਗਭਗ 36 ਦਿਨ ਹੋ ਗਏ ਆ ਪੂਰੇ ਭਾਰਤ ਦੇ ਵਿੱਚ ਨੋਟਬੰਦੀ ਨੂੰ ਲੈ ਕੇ। ਨੋਟਬੰਦੀ ਦੇ ਜਿੰਨੇ ਇਸ ਸਮੇਂ ਕਿੱਸੇ ਨਿਕਲ ਰਹੇ ਆ, ਕੋਈ RBI ਦਾ ਕਰਮਚਾਰੀ ਫੜਿਆ ਜਾ ਰਿਹਾ, ਰੇਲ ਗੱਡੀਆਂ 'ਚੋਂ ਟਰੰਕਾਂ ਦੇ ਟਰੰਕ ਨੋਟ ਫੜੇ ਜਾ ਰਹੇ, ਹੋਟਲਾਂ 'ਚੋਂ ਨੋਟ ਫੜੇ ਜਾ ਰਹੇ ਆ, ਬੈਂਕਾਂ ਦੇ ਵਿੱਚ ਛਾਪੇ ਪੈ ਰਹੇ ਆ, ਪਤਾ ਨਹੀਂ ਕਿੱਥੇ ਕਿੱਥੇ ਸਿਆਪੇ ਪੈ ਰਹੇ ਆ। ਉਸ ਮੁਤਲਕ ਲੋਕਾਂ ਨੂੰ ਕੁਝ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕਿ ਇਹ ਸਾਰੀ ਖੇਡ ਜਿਹੜੀ ਹੈ ਕਿੱਥੋਂ ਸ਼ੁਰੂ ਹੋਈ ਹੈ, ਕਿੱਥੇ ਇਹਦੇ ਤਾਰ ਜਾ ਕੇ ਖਤਮ ਹੁੰਦੇ ਆ। ਸਿਰਫ ਤੇ ਸਿਰਫ ਬੋਲਾਂ ਤੇ ਹੈ, ਬੋਲ ਇਹੋ ਜਿਹੇ ਆ ਕਿ ਇੱਕ ਇਹਨਾਂ ਦੀ ਸਲੱਗ ਬੀਬੀ ਹੈ, ਕੇਂਦਰ ਦੀ ਮੰਤਰੀ ਹੈ, ਉਹ ਬੋਲੀ, ਕ੍ਰਿਸ਼ਨਾ ਰਾਜ ਉਹਦਾ ਨਾਂ ਆ, ਉਹ ਬੋਲੀ ਕਹਿੰਦੀ ਕਿ ਚੋਰ ਹੀ ਲੈਣਾ ਦੇ ਵਿੱਚ ਮਰ ਰਹੇ ਆ। ਦੇਖੋ ਉਹ ਇਹ ਗੱਲ ਕਹਿਣ ਡਈ ਹੈ ਕਿ ਜਿਹੜੇ ਲੋਕ ਲੈਣਾ ਦੇ ਵਿੱਚ ਖੜੇ ਮਰਨ ਡੇ ਚੋਰ ਆ। ਹੁਣ ਸਾਡੇ ਇੱਥੇ ਬੀੜੀ ਪੰਜਾਬ ਦੇ ਵਿੱਚ ਇੱਕ ਮਰ ਗਈ ਕੱਲ ਤਰਨ ਤਾਰਨ, ਕੀ ਉਹ ਚੋਰ ਆ? ਉਹ ਤਾਂ ਵਿਚਾਰੀ ਸਾਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਉਹਦੀ 24,000 ਰੁਪਈਆ ਸੀ, ਉਹ ਕਢਾਉਣਾ ਸੀ, ਉੱਥੇ ਫੌਤ ਹੋ ਗਈ ਕਿ ਉਹ ਚੋਰ ਸੀ। ਇਹੋ ਜਿਹੇ ਬੋਲ ਬੁਲਾਰਿਆਂ ਦੇ ਵਿੱਚ ਜਿਹੜੀ ਲੋਕਾਂ ਦੀ ਸਮੱਸਿਆ ਉਹ ਦੱਬ ਕੇ ਰਹਿ ਗਈ। ਜੀ ਜੀ। ਅਤੇ ਅਗਲੀ ਖਬਰ ਮਿੰਟੂ ਜੀ ਆ ਰਹੀ ਹੈ, ਬੈਡਮਿੰਟਨ ਸਟਾਰ ਖਿਡਾਰਨ ਸਾਈਨਾ ਨੇਹਵਾਲ, ਉਹਨਾਂ ਨੂੰ ਰਾਸ਼ਟਰਵਾਦੀ ਦੀ ਆਧੁਨਿਕ ਪੀੜ੍ਹੀ ਨੇ ਜਿਹੜਾ ਜੀ ਪਰੇਸ਼ਾਨ ਕੀਤਾ ਹੋਇਆ। ਦੇਖੋ ਇਹ ਰਾਸ਼ਟਰਵਾਦੀਆਂ ਦੀ ਜਿਹੜੀ ਆਧੁਨਿਕ ਪੀੜ੍ਹੀ ਹੈ ਨਾ, ਇਹਨੇ ਇਕੱਲੇ ਸਾਈਨਾ ਨੇਹਵਾਲ ਨੂੰ ਨੀ, ਇਹਨੇ ਬਹੁਤ ਲੋਕਾਂ ਨੂੰ ਦੁਖੀ ਕੀਤਾ ਹੋਇਆ। ਇੱਥੇ ਕਾੜਾ ਪਿਆਉਣ ਤੁਰੀ ਹੋਈ ਹੈ, ਲੋਕਾਂ ਨੂੰ ਨਾਲ ਦੇ ਨਾਲ ਧੱਕੇ ਦੇ ਨਾਲ ਜਬਾੜੇ ਫੜ ਕੇ ਕਾੜਾ ਪਿਆਇਆ ਜਾ ਰਿਹਾ ਰਾਸ਼ਟਰਪਤੀ ਦਾ, ਬਹੁਤ ਗਲਤ ਗੱਲ ਆ। ਦੇਖੋ ਸਾਈਨਾ ਨੇਹਵਾਲ ਉਹ ਕੁੜੀ ਹੈ ਜਿਵੇਂ ਪੀਵੀ ਸਿੰਧੂ ਮਸ਼ਹੂਰ ਹੋਈ ਸੀ ਕਿਸੇ ਜ਼ਮਾਨੇ ਦੇ ਵਿੱਚ, ਇਹ ਸਾਈਨਾ ਨੇਹਵਾਲ ਠੀਕ ਉਸੇ ਤਰ੍ਹਾਂ ਉਹਦੇ ਤੋਂ ਪਹਿਲਾਂ ਮਸ਼ਹੂਰ ਹੋਈ ਹੈ। ਇਸ ਕੁੜੀ ਨੇ ਬਹੁਤ ਸਾਰੇ ਇਹੋ ਜਿਹੇ ਮੌਕੇ ਇਸ ਦੇਸ਼ ਨੂੰ ਦਿੱਤੇ ਆ, ਬੇਅੰਤ ਇਹੋ ਜਿਹੇ ਅਵਸਰ ਇਹਨੇ ਬਖਸ਼ੇ ਆ, ਜਦੋਂ ਦੇਸ਼ ਫਖਰ ਫੀਲ ਹੋਇਆ, ਦੇਸ਼ ਨੇ ਆਪਣੇ ਇਸ ਹੋਣਹਾਰ ਬੱਚੇ ਤੇ ਮਾਣ ਕੀਤਾ। ਬਹੁਤ ਬੇਅੰਤ ਮੌਕੇ ਆ, ਬਹੁਤ ਚੈਂਪੀਅਨ ਖਿਡਾਰਨ ਹੈ ਸਾਈਨਾ ਨੇਹਵਾਲ। ਸੋ ਉਹਨੇ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਹੈ ਜਿਹੜਾ ਕੋਈ, ਉਹਦੇ ਤੇ ਫੋਟੋ ਅਪਲੋਡ ਕੀਤੀ। ਫੋਟੋ ਦੇ ਵਿੱਚ ਉਹਨੇ ਖੁਸ਼ੀ ਜ਼ਾਹਰ ਕੀਤੀ ਕਿ ਮੈਂ ਇੱਕ ਨਵਾਂ ਟੈਲੀਫੋਨ ਲਿਆ, ਮੋਬਾਈਲ ਫੋਨ ਲਿਆ, ਤੇ ਇਹ ਫੋਨ ਹੈ ਜਿਹੜਾ ਬਹੁਤ ਵਧੀਆ। ਇੰਨੀ ਗੱਲ ਉਹਨੇ ਕਹੀ ਤੇ ਸਮਝ ਲਓ ਕਿ ਉਹਦੀ ਸ਼ਾਮਤ ਆ ਗਈ, ਕਿਉਂਕਿ ਉਹ ਜਿਹੜਾ ਮੋਬਾਈਲ ਫੋਨ ਸੀ ਉਹ ਸੀਗਾ ਚਾਈਨਾ ਮੇਡ, ਤੇ ਰਾਸ਼ਟਰਪਤੀ ਜਿਹੜੀ ਤੁਹਾਨੂੰ ਪਤਾ ਜਾਗ ਪੈਂਦੀ ਹੈ ਚਾਈਨਾ ਦੇ ਨਾਲ, ਤੇ ਵੈਸੇ ਰਾਸ਼ਟਰਪਤੀ ਦੀ 57 ਜਦੋਂ ਚਾਈਨਾ ਮੇਡ ਕੰਪਨੀ ਦਾ ਮੋਬਾਈਲ ਵੇਖਿਆ, ਉਹਨਾਂ ਦੇ ਤੇ ਸੱਤੀ ਕੱਪੜੀ ਅੱਗ ਲੱਗ ਗਈ। ਉਹ ਫਿਰ ਉੱਥੇ ਆ ਕੇ ਸਾਈਨਾ ਨੇਹਵਾਲ ਨੂੰ ਕੋਸਣ ਲੱਗ ਪਏ। ਕਿਸੇ ਨੇ ਆਖਿਆ ਕਿ ਸਾਈਨਾ ਤੋਂ ਚੀਨ ਦਾ ਜਿਹੜਾ ਪ੍ਰੋਡਕਟ ਆ ਇਹਨੂੰ ਇੱਥੇ ਕਿਉਂ ਮਸ਼ਹੂਰ ਕਰਦੀ ਪਈ ਆ? ਕਿਸੇ ਨੇ ਇੱਥੋਂ ਤੱਕ ਆਖ ਦਿੱਤਾ ਕਿ ਚੀਨ ਦਾ ਬਣਿਆ ਫੋਨ ਇਸਤੇਮਾਲ ਕਰਨਾ ਬੰਦ ਕਰ, ਅਸੀਂ ਤੈਨੂੰ ਉਦੋਂ ਤੱਕ ਨਫ਼ਰਤ ਕਰਦੇ ਰਹਾਂਗੇ ਜਦੋਂ ਤੱਕ ਤੂੰ ਦੂਜਾ ਭਾਰਤ ਦਾ ਬਣਿਆ ਕੋਈ ਟੈਲੀਫੋਨ ਨਹੀਂ ਲੈ ਲੈਂਦੀ, ਤੇ ਜਾਂ ਤੂੰ ਜਦੋਂ ਤੱਕ ਨਰਿੰਦਰ ਮੋਦੀ ਨੂੰ ਸਪੋਰਟ ਨਹੀਂ ਕਰਦੀ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਹੋ ਜਿਹੀਆਂ ਕੀਤੀਆਂ ਗਈਆਂ, ਚੋਭਵੀਆਂ ਗੱਲਾਂ ਕੀਤੀਆਂ ਗਈਆਂ ਜਿਨ੍ਹਾਂ ਦੇ ਨਾਲ ਸਾਈਨਾ ਨੇਹਵਾਲ ਬਹੁਤ ਪਰੇਸ਼ਾਨ ਹੋਈ। ਹਾਲਾਂਕਿ ਉਹ ਜਵਾਬ ਨਹੀਂ ਦਿੱਤਾ ਕਿਸੇ ਗੱਲ ਦਾ, ਪਰ ਬਹੁਤ ਸਾਰੀਆਂ ਇਹੋ ਜਿਹੀਆਂ ਟਿੱਪਣੀਆਂ ਸਨ। ਕੁਛ ਲੋਕ ਹੈ ਜਿਹੜੇ ਉਹਦੇ ਹੱਕ ਦੇ ਵਿੱਚ ਵੀ ਉਤਰੇ। ਸਾਡੀ ਮਾਨਸਿਕਤਾ ਕਿਸ ਤਰ੍ਹਾਂ ਦੀ, ਸਾਡੀ ਮਨੋਦਸ਼ਾ ਜਿਹੜੀ ਬਣਦੀ ਜਾ ਰਹੀ ਹੈ ਕਿ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਇਹ ਵੀ ਭੁੱਲ ਰਹੇ ਹਾਂ ਕਿ ਇਹ ਉਹੀ ਲੋਕ ਆ ਜਿਨ੍ਹਾਂ ਪਿੱਛੇ ਅਸੀਂ ਜਿਹੜੀ ਦੇਸ਼ ਭਗਤੀ ਪਿੱਛੇ ਅਸੀਂ ਅੱਜ ਇਹਨਾਂ ਨੂੰ ਕੋਸ ਰਹੇ ਹਾਂ, ਇਹ ਉਹੀ ਲੋਕ ਆ ਜਿਨ੍ਹਾਂ ਨੇ ਅਸਲ ਦੇ ਵਿੱਚ ਦੇਸ਼ ਦਾ ਝੰਡਾ ਚਲਾਇਆ। ਇਹ ਸਾਰਾ ਕੁਛ ਕੀ ਹੋ ਰਿਹਾ? ਲੋਕ ਸੋਚਦੇ ਪਏ ਆ ਕਿ ਇੰਨੀ ਜ਼ਿਆਦਾ ਦੇਸ਼ ਦੇ ਵਿੱਚ ਅਸਹਿਣਸ਼ੀਲਤਾ ਚਲੇ ਗਈ ਹੈ ਕਿ ਅਸੀਂ ਕਿਸੇ ਮੁਲਕ ਦਾ ਪ੍ਰੋਡਕਟ ਜਿਹੜਾ ਇੱਕ ਸਟਾਰ ਦੇ ਹੱਥ 'ਚ ਵੇਖ ਕੇ ਅਸੀਂ ਸਾਰਾ ਕੁਛ ਭੁੱਲ ਭੁਲਾ ਕੇ ਉਹਦੇ ਮਗਰ ਇਸ ਕਰਕੇ ਪੈ ਜਾਂਦੇ ਹਾਂ ਕਿ ਅਸੀਂ ਇਸ ਚੀਜ਼ ਦਾ ਬਾਈਕਾਟ ਕਰਦੇ ਹਾਂ। ਦੇਖੋ ਮੰਦਰਾਂ ਦੇ ਵਿੱਚ ਚਾਈਨਾ ਮੇਡ ਮੂਰਤੀਆਂ ਤੱਕ ਪਈਆਂ ਨੇ। ਲੋਕਾਂ ਦੇ ਜਿੰਨਾ ਬਿਜਲਈ ਸਮਾਨ ਹੁੰਦਾ, ਜਿੰਨਾ ਵੀ ਬਿਜਲਈ ਸਮਾਨ ਘਰਾਂ ਦੇ ਵਿੱਚ ਪਿਆ, ਉਦੋਂ ਮੇਰੇ ਖਿਆਲ ਦੇ ਨਾਲ ਅੱਧੋ ਜ਼ਿਆਦਾ ਜਿਹੜਾ ਚਾਈਨਾ ਮੇਡ ਆ। ਟੈਲੀਫੋਨ ਤੇ ਜਿਹੜੇ ਖਾਸ ਤੌਰ ਤੇ ਮੋਬਾਈਲ ਆ ਜਿਹੜੇ, ਇਹਨਾਂ ਦੇ ਬਹੁਤੇ ਪਾਰਟਸ ਆ ਜਿਹੜੇ ਉਹ ਚਾਈਨਾ ਮੇਡ ਆ। ਬਾਹਰਲੇ ਫੋਨ ਹੀ ਜ਼ਿਆਦਾਤਰ ਯੂਜ਼ ਕੀਤੇ ਜਾਂਦੇ ਭਾਰਤੀਆਂ ਵੱਲੋਂ, ਤੇ ਮੇਰੇ ਖਿਆਲ ਦੇ ਨਾਲ ਜਿਹੜੇ ਇਹੋ ਜਿਹੇ ਟਿੱਪਣੀਆਂ ਕਰਦੇ ਪਏ ਸਨ ਸਲੱਗ, ਉਹਨਾਂ ਚੋਂ ਬਹੁਤਿਆਂ ਦੇ ਹੱਥ 'ਚ ਚਾਈਨਾ ਮੇਡ ਦੇ ਮੋਬਾਈਲ ਹੋਣਗੇ। ਜੇ ਨਾ ਵੀ ਹੋਏ ਤੇ ਬਹੁਤਿਆਂ ਦੇ ਹੱਥ 'ਚ ਜਿਹੜੇ ਮੋਬਾਈਲ ਹੋਣਗੇ ਉਹਨਾਂ ਦੇ ਵਿੱਚ ਚਾਈਨਾ ਮੇਡ ਪੁਰਜੇ ਹੋਣਗੇ। ਸੋ ਇਹ ਇੱਕ
ਬਹੁਤ ਕਹਿ ਲਈਏ ਕਿ ਸੀਮਤ ਜੀ ਸੋਚ ਹੈ ਜਿਹਦਾ ਵਿਖਾਵਾ ਕਰਦੇ ਪਏ ਇਹ ਰਾਸ਼ਟਰ ਭਗਤ ਕਿ ਇਸ ਤਰ੍ਹਾਂ ਨਾ ਕਰੋ ਜੀ, ਇਸ ਤਰ੍ਹਾਂ ਕਰੋ। ਹੁਣ ਜਿਹੜੀ ਇਹ ਕਹਿ ਦਿੰਦੇ ਪੇਟੀਐਮ ਜਿਹਨੂੰ ਬਹੁਤ ਵੱਡੇ ਪੱਧਰ ਤੇ ਪ੍ਰਚਾਰਿਆ ਗਿਆ, ਸਾਡੇ ਪ੍ਰਧਾਨ ਮੰਤਰੀ ਨੇ ਖੁਦ ਉਹਦੇ ਲਈ ਐਡ ਕੀਤੀ ਹੈ, ਇਸ਼ਤਿਹਾਰ ਦੇ ਵਿੱਚ ਆਪਣੀ ਫੋਟੋ ਲਵਾਈ ਹੈ, ਉਹਦੀ ਪੇਟੀਐਮ ਦੇ ਬਾਰੇ ਵੀ ਲੋਕ ਕਹਿੰਦੇ ਆ ਕਿ ਇਹਦੇ ਵਿੱਚ ਹਿੱਸੇਦਾਰੀ ਹੈ ਜਿਹੜੀ ਉਹ ਚਾਈਨਾ ਦੀ ਕੰਪਨੀ ਦੀ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ, ਪਰ ਜੋ ਕੁਛ ਇਹ ਹੋ ਰਿਹਾ ਹੈ ਇਹ ਬਹੁਤ ਗਲਤ ਹੋ ਰਿਹਾ ਹੈ। ਕੱਲ ਨੂੰ ਇਹੋ ਜਿਹੇ ਕਰਨਗੇ ਕਿ ਜਿਹੜੇ ਖਿਡਾਰੀ ਖੇਡਦੇ ਆ, ਜਿਹੜੇ ਕੁੜੀਆਂ ਸਾਡੀਆਂ ਬਾਹਰ ਖੇਡਦੀਆਂ, ਇਹਨਾਂ ਨੂੰ ਜਿਹੜੀ ਕਿੱਟ ਮਿਲਦੀ ਹੈ ਉਹ ਕਿੱਟ ਵੀ ਖੱਦਰ ਦੀ ਬਣੀ ਹੋਣੀ ਚਾਹੀਦੀ ਹੈ, ਅਸੀਂ ਬਾਹਰ ਦਾ ਬ੍ਰਾਂਡ ਜਿਹੜਾ ਉਹ ਇਹਨਾਂ ਨੂੰ ਪਾਉਣ ਨਹੀਂ ਦਿਆਂਗੇ। ਜੀ ਜੀ ਬਿਲਕੁਲ, ਇਹ ਰਾਸ਼ਟਰਵਾਦੀ ਜਿਹੜੀ ਜੀ ਪਤਾ ਨਹੀਂ ਕਦੋਂ ਇਹਨਾਂ 'ਚੋਂ ਜਾਊਗੀ। ਅਗਲੀ ਖਬਰ ਆ ਰਹੀ ਹੈ, ਆਪ ਨੇ ਮਜੀਠਾ ਦੇ ਵਿੱਚ ਕੀਤੀ ਰੈਲੀ ਤੇ ਹਿੰਮਤ ਸ਼ੇਰਗਿੱਲ ਨੂੰ ਮਜੀਠੀਆ ਦੇ ਉਲਟ ਉਤਾਰਿਆ। ਦੇਖੋ ਇਹਨਾਂ ਦੀ ਰੈਲੀ ਦੇ ਵਿੱਚ ਅੱਜ ਇਕੱਠ ਬਹੁਤ ਸੀ, ਬੇਸ਼ੱਕ ਪੰਜਾਬ ਦੇ ਕੋਨੇ ਕੋਨੇ ਚੋਂ ਵੀ ਲੋਕ ਗਏ ਆ ਜੀ, ਇਹ ਨਹੀਂ ਹੈ ਕਿ ਉੱਥੋਂ ਸਿਰਫ ਤੇ ਸਿਰਫ ਮਾਝੇ ਦੇ ਲੋਕ ਹੀ ਇਕੱਤਰ ਹੋਏ, ਉਹ ਦੂਰੋਂ ਦੂਰੋਂ ਗਏ ਇਹਨਾਂ ਦੇ ਵਲੰਟੀਅਰ। ਇਕੱਠ ਇਹਨਾਂ ਦਾ ਪ੍ਰਭਾਵਸ਼ਾਲੀ ਸੀ, ਪ੍ਰਭਾਵਸ਼ਾਲੀ ਇਕੱਠ ਦੇ ਵਿੱਚ ਹੀ ਹਿੰਮਤ ਸਿੰਘ ਸ਼ੇਰਗਿੱਲ ਜਿਹੜਾ ਸੀਗਾ ਉਹਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ। ਸ਼ੇਰਗਿੱਲ ਸ਼ੇਰਗਿੱਲ ਬਣ ਗਿਆ ਕਿਉਂਕਿ ਮਜੀਠੀਆ ਦੇ ਖਿਲਾਫ ਮੈਦਾਨ ਚ ਉਤਰਨਾ ਖਾਲਾ ਜੀ ਦਾ ਵਾੜਾ ਨਹੀਂ, ਇਸ ਕਰਕੇ ਸ਼ੇਰਗਿੱਲ ਨੂੰ ਅੱਜ ਦੇ ਦਿਨ ਆਪਾਂ ਸ਼ੇਰਦਿਲ ਹੀ ਕਹਾਂਗੇ। ਉਹਨੇ ਹਿੰਮਤ ਵਿਖਾਈ ਹੈ, ਨਾ ਵੀ ਉਹਦਾ ਹਿੰਮਤ ਆ ਤੇ ਸ਼ੇਰਦਿਲ ਬਣ ਕੇ ਉਹਨੇ ਹਿੰਮਤ ਵਿਖਾਈ ਆ ਕਿ ਮੈਂ ਮਜੀਠੀਆ ਦੇ ਖਿਲਾਫ ਚੋਣ ਲੜਾਂਗਾ। ਉੱਥੇ ਇਕੱਠ ਜਿੰਨਾ ਮਰਜ਼ੀ ਸੀ, ਜੋ ਮਰਜ਼ੀ ਹੋਇਆ, ਪਰ ਸਭ ਤੋਂ ਵੱਡਾ ਅੱਜ ਦਾ ਉਸ ਰੈਲੀ ਦਾ ਜਿਹੜਾ ਪੁਆਇੰਟ ਹੈ, ਜਿਹਨੂੰ ਆਪਾਂ ਕਹਿ ਸਕਦੇ ਕੇਂਦਰ ਬਿੰਦੂ ਹੈ, ਉਹ ਇਹੀ ਹੈ ਕਿ ਹਿੰਮਤ ਸਿੰਘ ਸ਼ੇਰਗਿੱਲ ਹੈ ਜਿਹੜਾ ਹੁਣ ਮਜੀਠੇ ਤੋਂ ਚੋਣ ਲੜੇਗਾ। ਤੀਜੇ ਪਾਸੇ ਇੱਕ ਪਾਸੇ ਤੇ ਬਿਕਰਮਜੀਤ ਮਜੀਠੀਆ ਹੋ ਗਿਆ, ਦੂਜੇ ਪਾਸੇ ਹਿੰਮਤ ਸਿੰਘ ਸ਼ੇਰਦਿਲ ਹੋ ਗਿਆ, ਸ਼ੇਰਦਿਲ ਉਰਫ ਸ਼ੇਰਗਿੱਲ ਹੋ ਗਿਆ, ਤੀਜੇ ਪਾਸੇ ਲਾਲੀ ਮਜੀਠੀਆ ਕਾਂਗਰਸ ਵੰਨੀਓ ਤੈਅ ਆ। ਇਹਨਾਂ ਦੀ ਤਕੋਨੀ ਟੱਕਰ ਹੈ ਜਿਹੜੀ ਹੁਣ ਵੇਖਣ ਨੂੰ ਮਿਲੇਗੀ, ਜਿਹੜੀਆਂ ਤਿੰਨ ਚਾਰ ਟੱਕਰਾਂ ਜਿਹੜੀਆਂ ਤਗੜੀਆਂ ਹੋਣਗੀਆਂ ਪੂਰੇ ਇਸ 2017 ਦੇ ਚੋਣ ਦੰਗਲ ਦੇ ਵਿੱਚ, ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਮਜੀਠਾ ਦੀ ਚੋਣ ਵੀ ਹੈ ਜਿਹੜੀ ਉਹ ਵੀ ਦਿਲਚਸਪ ਰਹੇਗੀ। ਜਿਸ ਤਰ੍ਹਾਂ ਜਲਾਲਾਬਾਦ ਦੀ ਚੋਣ ਤੇ ਸਾਰਿਆਂ ਦੀ ਨਿਗਾਹ ਲੱਗੀ ਹੋਈ ਹੈ, ਪਟਿਆਲਾ ਤੇ ਲੱਗੀ ਹੋਈ ਹੈ, ਇਸ ਤਰ੍ਹਾਂ ਕੁਝ ਸੀਟਾਂ ਨੇ ਜਿਨ੍ਹਾਂ ਦੇ ਵਿੱਚੋਂ ਮੇਰੇ ਖਿਆਲ ਦੇ ਨਾਲ ਮਜੀਠਾ ਸੀਟ ਹੈ ਜਿਹੜੀ ਹੌਟ ਸੀਟ ਬਣੇਗੀ, ਜਿਸ ਤਰੀਕੇ ਦੇ ਨਾਲ ਅੱਜ ਲੋਕਾਂ ਨੇ ਇਸ ਸੀਟ ਤੇ ਰੁਚੀ ਦਿਖਾਈ ਹੈ। ਕਿਉਂਕਿ ਸਾਰੇ ਲੋਕ ਨਿਗਾਹ ਲਾ ਕੇ ਬੈਠੇ ਸਨ, ਚਾਹੇ ਆਮ ਆਦਮੀ ਪਾਰਟੀ ਦੇ ਸਮਰਥਕ ਸਨ ਚਾਹੇ ਲੋਚਕ ਸਨ, ਕਿ ਉੱਥੋਂ ਮਜੀਠੀਆ ਸਾਹਿਬ ਦੇ ਉਲਟ ਕਿਹੜਾ ਬੰਦਾ ਮੈਦਾਨ ਚ ਉਤਾਰਿਆ ਜਾਂਦਾ। ਸੋ ਇਹਨਾਂ ਨੇ ਹਿੰਮਤ ਸਿੰਘ ਸ਼ੇਰਗਿੱਲ ਨੂੰ ਹਿੰਮਤ ਕਰਕੇ ਮੈਦਾਨ ਚ ਉਤਾਰ ਦਿੱਤਾ। ਹੁਣ ਦੇਖੋ ਹਿੰਮਤ ਸਿੰਘ ਸ਼ੇਰਗਿੱਲ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਵੜੈਚ ਦਾ ਬਹੁਤ ਚਰਚਾ ਸੀ, ਆਮ ਆਦਮੀ ਪਾਰਟੀ ਦੇ ਬਹੁਤੇ ਸਮਰਥਕ ਵੀ ਇਹੋ ਚਾਹੁੰਦੇ ਸਨ ਕਿ ਵੜੈਚ ਸਾਹਿਬ ਨੂੰ ਮੈਦਾਨ ਚ ਮਜੀਠੀਆ ਸਾਹਿਬ ਦੇ ਉਲਟ ਉਤਾਰਿਆ ਜਾਵੇ, ਪਰ ਐਨ ਮੌਕੇ ਤੇ ਹਾਈਕਮਾਨ ਨੇ ਕੁਝ ਸੋਚ ਕੇ ਫੈਸਲਾ ਲਿਆ। ਮੇਰੇ ਖਿਆਲ ਦੇ ਨਾਲ ਉਹਨਾਂ ਨੇ ਆਪਣੇ ਕਨਵੀਨਰ ਲਈ ਕੋਈ ਸੇਫ ਸੀਟ ਲੱਭਣੀ ਜਿਹੜੀ ਉਹ ਜ਼ਰੂਰੀ ਸਮਝੀ ਕਿ ਘੱਟੋ ਘੱਟ ਕਨਵੀਨਰ ਹੈ ਜਿਹੜਾ ਸਾਡਾ ਜਿੱਤਣਾ ਚਾਹੀਦਾ। ਤੇ ਬਟਾਲਾ ਉਹਦਾ ਪਿਛੋਕੜ ਕਹਿ ਲਈਏ ਜੰਮਣ ਪੋਇਆ ਪਿਛੋਕੜ ਵਾਲਾ ਪਿੰਡ ਇਲਾਕਾ ਹੈ, ਵੜੈਚ ਉੱਥੇ ਚਲਾ ਗਿਆ। ਪਰ ਇੱਕ ਗੱਲ ਤੈਅ ਹੈ ਕਿ ਜਿੰਨਾ ਪ੍ਰਭਾਵ ਵੜੈਚ ਸਾਹਿਬ ਇੱਥੇ ਪਾ ਸਕਦਾ ਸੀ, ਉਹਨਾਂ ਹਿੰਮਤ ਸਿੰਘ ਸ਼ੇਰਗਿੱਲ ਨੂੰ ਪਾਉਣਾ ਜਿਹੜਾ ਉਹ ਸੁਖਾਲਾ ਨਹੀਂ ਹੋਏਗਾ। ਉਹਦਾ ਕਾਰਨ ਆ ਕਿਉਂਕਿ ਜਿਹੜਾ ਵੜੈਚ ਆ, ਗੁਰਪ੍ਰੀਤ ਵੜੈਚ ਆ, ਉਹ ਪੇਂਡੂ ਇਲਾਕੇ ਦੇ ਨਾਲ ਸੰਬੰਧਿਤ ਹੈ, ਜੰਮਿਆ ਪਲਿਆ ਪਿੰਡਾਂ ਦੇ ਵਿੱਚ ਆ। ਦੂਜੀ ਗੱਲ, ਐਕਟਰ ਆਦਮੀ ਆ, ਉਹ ਆਪਣੇ ਆਪ ਨੂੰ ਛੇਤੀ ਧਾਰ ਲੈਂਦਾ ਹੈ, ਉਹਦੇ ਹਾਵ ਭਾਵ ਆ ਜਿਹੜੇ ਜਿਸ ਕਿਸਮ ਦੇ ਲੋਕ ਬੈਠੇ ਹੋਣ ਉਸ ਕਿਸਮ ਦੇ ਹੋ ਜਾਂਦੇ ਆ, ਉਹਦੀਆਂ ਤਕਰੀਰਾਂ 'ਚ ਇੰਨੀ ਸੰਜੀਦਗੀ ਹੁੰਦੀ ਹੈ ਜਦੋਂ ਲੋਕਾਂ ਦੇ ਸਾਹਮਣੇ ਹੁੰਦਾ ਕਿ ਕੋਈ ਕਹਿ ਨਹੀਂ ਸਕਦਾ ਕਿ ਕਮੇਡੀਅਨ ਉਹੀ ਕਮੇਡੀਅਨ ਜਿਹਨੂੰ ਘੁੱਗੀ ਕਿਹਾ ਜਾਂਦਾ ਜਿਹੜਾ ਗੱਲ ਗੱਲ ਤੇ ਹਸਾਉਂਦਾ ਲੋਕਾਂ ਨੂੰ, ਪਰ ਜਦੋਂ ਉਹ ਪਿੰਡਾਂ ਦੇ ਵਿੱਚ ਜਾ ਕੇ ਤਕਰੀਰ ਕਰਦਾ ਉਹ ਤੇ ਲੋਕਾਂ ਨੂੰ ਬਹੁਤ ਜਜ਼ਬਾਤੀ ਕਰ ਦਿੰਦਾ, ਬਹੁਤ ਭਾਵਪੂਰਕ ਉਹਦੀ ਗੱਲਬਾਤ ਹੁੰਦੀ ਹੈ। ਦੂਜੇ ਪਾਸੇ ਜੇ ਗੱਲ ਕਰੀਏ ਹਿੰਮਤ ਸਿੰਘ ਸ਼ੇਰਗਿੱਲ ਦੀ, ਤੇ ਹਿੰਮਤ ਸਿੰਘ ਸ਼ੇਰਗਿੱਲ ਸ਼ਹਿਰੀ ਆਦਮੀ ਹੈ, ਦੇਹਾਤ ਦੇ ਵਿੱਚ ਜਾਏਗਾ ਮੇਰੇ ਖਿਆਲ ਦੇ ਨਾਲ, ਵੈਸੇ ਤੇ ਉਹ ਬਹੁਤ ਲੰਬੇ ਸਮੇਂ ਤੋਂ ਵਿਵਾਸਤਾ ਹੈ ਦਿਹਾਤੀ ਲੋਕਾਂ ਦੇ ਨਾਲ, ਪਰ ਮਾਝੇ ਦੇ ਵਿੱਚ ਫਟਦੇ ਨਹੀਂ ਜਾ ਕੇ ਉਹ ਆਪਣੇ ਆਪ ਨੂੰ ਉਹਨਾਂ ਲੋਕਾਂ ਦੇ ਅਨੁਕੂਲ ਢਾਲ ਲਵੇਗਾ, ਉੱਥੋਂ ਦੀਆਂ ਚੀਜ਼ਾਂ ਨੂੰ ਸਮਝੇਗਾ, ਉੱਥੋਂ ਦੀ ਵੋਟਰ ਦੀ ਨਬਜ਼ ਨੂੰ ਟਟੋਲੇਗਾ, ਜਾਂ ਤੇ ਇਹ ਫੈਸਲਾ ਵਾਹਵਾ ਚਿਰ ਪਹਿਲਾਂ ਹੋ ਜਾਣਾ ਚਾਹੀਦਾ ਸੀ। ਆਹ ਹੁਣ ਐਨ ਮੌਕੇ ਤੇ ਸਾਰੀਆਂ ਚੁਣੌਤੀਆਂ ਨੂੰ ਹਿੰਮਤ ਸਿੰਘ ਸ਼ੇਰਗਿੱਲ ਕਿਵੇਂ ਪਾਰ ਪਾਏਗਾ, ਇਹ ਸਭ ਤੋਂ ਵੱਡਾ ਸਵਾਲ ਆ। ਪਰ ਅਸੰਭਵ ਕੁਛ ਨਹੀਂ,
ਸਭ ਕੁਛ ਸੰਭਵ ਹੋ ਜਾਂਦਾ ਜੇ ਬੰਦਾ ਕੋਸ਼ਿਸ਼ ਕਰੇ। ਪਰ ਹਾਲ ਦੀ ਘੜੀ ਅਸੀਂ ਇਹਨਾਂ ਗਿਣਤੀਆਂ ਮਿਣਤੀਆਂ ਚ ਨਾ ਪੈਂਦੇ ਹੋਏ ਸਿਰਫ ਤੇ ਸਿਰਫ ਸ਼ੇਰ ਦਿਲ ਉਰਫ ਸ਼ੇਰ ਗਿੱਲ ਨੂੰ ਅਸੀਂ ਸ਼ੁਭ ਕਾਮਨਾ ਹੀ ਦਿੰਦੇ ਹਾਂ, ਕਿਉਂਕਿ ਉਹ ਬਹੁਤ ਵੱਡੀ ਸਿਆਸੀ ਲੜਾਈ ਚ ਕੁੱਦ ਗਿਆ ਜਿੱਥੇ ਮਾਝੇ ਦਾ ਜਰਨੈਲ ਉਹਦੇ ਸਾਹਮਣੇ ਆ। ਮਾਝੇ ਦਾ ਇੱਕ ਪਾਸੇ ਜਰਨੈਲ ਨੀ, ਦੂਜੇ ਪਾਸੇ ਕਰਨਲ ਵੀ ਆ, ਇੱਕ ਮਜੀਠੀਆ ਵਿਕਰਮ ਸਿੰਘ ਮਜੀਠੀਆ, ਦੂਜੇ ਪਾਸੇ ਲਾਲੀ ਮਜੀਠੀਆ। ਇਸ ਤਕੋਨੀ ਟੱਕਰ ਲਈ ਅਸੀਂ ਆਸ ਕਰ ਸਕਦੇ ਹਾਂ ਕਿ ਹਿੰਮਤ ਸਿੰਘ ਸ਼ੇਰਗਿੱਲ ਹੈ ਜਿਹੜਾ ਉਹ ਵੀ ਮੁਕਾਬਲਾ ਪੂਰਾ ਚੰਡਵਾ ਦੇਵੇਗਾ ਜੀ। ਤੇ ਅਗਲੀ ਖਬਰ ਆ ਰਹੀ ਆ ਆਮ ਆਦਮੀ ਪਾਰਟੀ ਦੇ ਨਾਲ ਹੀ ਰਲਦੀ ਮਿਲਦੀ, ਪਾਣੀਆਂ ਦੇ ਮੁੱਦੇ ਦੇ ਉੱਤੇ ਕੇਜਰੀਵਾਲ ਆਪਣੇ ਸਟੈਂਡ ਤੋਂ ਫਿਰ ਫਿਰਿਆ। ਦੇਖੋ ਵਾਰ ਵਾਰ ਗਲਤੀ ਕਿਤੇ ਨਾ ਕਿਤੇ ਹੋ ਜਾਂਦੀ ਆ, ਔਰ ਅਰਵਿੰਦ ਕੇਜਰੀਵਾਲ ਗਲਤੀ ਕਰੇ ਇਹਦਾ ਬਹੁਤੇ ਲੋਕ ਅੰਦਾਜ਼ਾ ਨਹੀਂ ਲਾ ਸਕਦੇ। ਆਮ ਬੰਦਾ, ਆਮ ਲੀਡਰ ਜਿਹੜਾ ਗਲਤੀ ਕਰੇ, ਆਮ ਵਲੰਟੀਅਰ ਗਲਤੀ ਕਰੇ, ਉਹ ਮਾਫ਼ੀ ਯੋਗ ਵੀ ਹੈ। ਪਰ ਇਹਨਾਂ ਦਾ ਸੁਪਰੀਮੋ ਇਹੋ ਜਿਹੀ ਗਲਤੀ ਕਰ ਜਾਵੇ, ਮੇਰੇ ਖਿਆਲ ਦੇ ਨਾਲ ਇਹ ਇਹਨਾਂ ਦੀ ਆਪਦੀ ਪਾਰਟੀ ਦੇ ਵੀ ਹਿੱਤਕਾਰੀ ਨਹੀਂ ਹੈ। ਕੱਲ ਅਰਵਿੰਦ ਕੇਜਰੀਵਾਲ ਨੇ ਇਹ ਕਿਹਾ ਸੀਗਾ ਕਿ ਪਾਣੀਆਂ ਤੇ ਪੰਜਾਬ ਦਾ ਹੱਕ ਆ, ਔਰ ਪੰਜਾਬ ਤੋਂ ਬਾਹਰ ਪਾਣੀ ਚਲਾ ਜਾਵੇ ਇਹ ਸਵਾਲ ਹੀ ਨਹੀਂ ਹੁੰਦਾ। ਹੁਣ ਦੇਖੋ ਉਸ ਬਿਆਨ ਨੂੰ ਕੁਝ ਘੰਟੇ ਹੀ ਬੀਤੇ ਕਿ ਅੱਜ ਜਦੋਂ ਰੈਲੀ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਕੇਜਰੀਵਾਲ ਸਾਹਿਬ ਨੂੰ ਪੁੱਛਿਆ ਕਿ ਜੀ ਕੀ ਦਿੱਲੀ ਦਾ ਪੰਜਾਬ ਦੇ ਪਾਣੀਆਂ ਤੇ ਹੱਕ ਹੈ, ਨਹੀਂ ਸਮਝ ਆਈ। ਪੱਤਰਕਾਰ ਨੇ ਫਿਰ ਦੁਹਰਾ ਕੇ ਪੁੱਛਿਆ ਕਿ ਕੀ ਦਿੱਲੀ ਦਾ ਪੰਜਾਬ ਦੇ ਪਾਣੀ ਤੇ ਹੱਕ ਹੈ। ਇਹਨੇ ਕਿਹਾ ਹਾਂਜੀ ਹੈ, ਸਾਰਿਆਂ ਦਾ ਹੱਕ ਹੈ। ਮੇਰੇ ਖਿਆਲ ਦੇ ਨਾਲ ਜਾਂ ਤੇ ਗੱਲ ਨੂੰ ਸਮਝਣ ਦੇ ਵਿੱਚ ਕਿਤੇ ਕੋਈ ਕਮੀ ਰਹਿ ਗਈ, ਤੇ ਜਾਂ ਫਿਰ ਉਹ ਸਟੈਂਡ ਦਾ ਚੇਤਾ ਹੀ ਨਹੀਂ ਰਹਿ ਗਿਆ ਜਿਹੜਾ ਹਾਲੇ ਕੁਝ ਘੰਟੇ ਪਹਿਲਾਂ ਲਿਆ ਸੀ, ਤੇ ਅਸੀਂ ਕੁਝ ਘੰਟੇ ਪਹਿਲਾਂ ਕੀ ਕਿਹਾ। ਸੋ ਜਿੱਥੇ ਮਰਜ਼ੀ ਗਲਤੀ ਹੋਈ ਆ, ਪਰ ਇਹ ਗਲਤੀ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ 'ਚ ਇਹਨਾਂ ਦਾ ਸਿਆਸੀ ਨੁਕਸਾਨ ਕਰੇਗੀ। ਨੁਕਸਾਨ ਇਸ ਕਰਕੇ ਜ਼ਿਆਦਾ ਕਰੇਗੀ ਕਿਉਂਕਿ ਇਹਨਾਂ ਨੇ ਪਿਛਲੀ ਗਲਤੀ ਤੋਂ ਸਬਕ ਨਹੀਂ ਲਿਆ। ਪਿਛਲੀ ਵਾਰੀ ਅਪ੍ਰੈਲ ਦੇ ਵਿੱਚ ਵੀ ਆ ਕੇ ਉਹ ਗਲਤੀ ਹੋਈ, ਇਹਨੇ ਕੇਜਰੀਵਾਲ ਨੇ ਇੱਥੇ ਆ ਕੇ ਪੰਜਾਬ ਦੇ ਹੱਕ 'ਚ ਸਟੈਂਡ ਸਪਸ਼ਟ ਕਰ ਦਿੱਤਾ, ਪਰ ਕੁਝ ਦਿਨਾਂ ਬਾਅਦ ਸੁਪਰੀਮ ਕੋਰਟ 'ਚ ਜਾ ਕੇ ਜਿਹੜਾ ਹਲਫਨਾਮਾ ਸੀ ਉਹ ਉਲਟ ਨਿਕਲ ਆਇਆ ਪੰਜਾਬ ਦੇ। ਉਦੋਂ ਬੜੀ ਕਿਰਕਰੀ ਹੋਈ, ਉਦੋਂ ਦੀ ਕਿਰਕਰੀ ਹੋਈ ਅੱਜ ਵੀ ਇਹਨਾਂ ਦੇ ਰਾਹ ਦਾ ਰੋੜਾ ਬਣਦੀ ਹੈ। ਜਦੋਂ ਵੀ ਪਾਣੀ ਦੇ ਮੁੱਦੇ ਦੀ ਗੱਲ ਚੱਲਦੀ ਹੈ, ਜਦੋਂ ਵੀ ਪੰਜਾਬ ਦੇ ਹਿੱਤਾਂ ਦੀ ਹੱਕਾਂ ਦੀ ਗੱਲ ਚੱਲਦੀ ਹੈ, ਉਹ ਐਫੀਡੈਵਿਟ ਹੈ ਜਿਹੜਾ ਉਹ ਸਾਹਮਣੇ ਸਿਰ ਕੱਢ ਖਲੋਂਦਾ, ਇਹਦੇ 'ਤੇ ਇਹ ਬੈਕਫੁੱਟ 'ਤੇ ਚਲੇ ਜਾਂਦੇ ਆ। ਹੁਣ ਜਿਹੜਾ ਇਹ ਬਿਆਨ ਆ, ਇਹ ਸਗੋਂ ਇਹਨਾਂ ਨੂੰ ਕੱਚਿਆਂ ਕਰੇਗਾ, ਹੌਲਿਆਂ ਪਾਵੇਗਾ ਕਿ ਇਹਨਾਂ ਦਾ ਕੁਛ ਸਟੈਂਡ ਹੀ ਨਹੀਂ। ਇਹਨਾਂ ਦਾ ਸੁਪਰੀਮ ਇਹ ਜਿਹੜਾ ਇੱਕ ਦਿਨ ਕੁਛ ਕਹਿੰਦਾ, ਦੂਜੇ ਦਿਨ ਕੁਛ ਕਹਿੰਦਾ। ਸੋ ਮੇਰੇ ਖਿਆਲ ਦੇ ਨਾਲ ਗੁਰਦਾਸ ਮਾਨ ਨੇ ਇੱਕ ਬਹੁਤ ਵਧੀਆ ਪੰਕਤੀ ਬਹੁਤ ਵਧੀਆ ਇਹਦੇ 'ਤੇ ਲਿਖਿਆ, ਕਹਿੰਦਾ ਬੋਲਣ ਨਾਲੋਂ ਚੁੱਪ ਚੰਗੇਰੀ, ਚੁੱਪ ਦੇ ਨਾਲੋਂ ਪਰਦਾ, ਜੇ ਮਨਸੂਰ ਨਾ ਬੋਲਦਾ ਤੇ ਸੂਲੀ ਕਾਹਨੂੰ ਚੜ੍ਹਦਾ। ਇਹ ਕਈ ਵਾਰ ਬੋਲਣ ਦੇ ਨਾਲੋਂ ਚੁੱਪ ਚੰਗੇਰੀ ਹੁੰਦੀ ਤੇ ਚੁੱਪ ਦੇ ਨਾਲੋਂ ਪਰਦਾ, ਇਹ ਇੱਥੇ ਚੁੱਪ ਕੀਤਾ ਜਾ ਸਕਦਾ ਸੀ। ਮੇਰੇ ਖਿਆਲ ਦੇ ਨਾਲ ਜਿਹੜਾ ਅਪ੍ਰੈਲ ਦੇ ਵਿੱਚ ਬਿਆਨ ਦਿੱਤਾ ਸੀ, ਉਦੋਂ ਵੀ ਅਰਵਿੰਦ ਕੇਜਰੀਵਾਲ ਕੋਲ ਇੱਕ ਬਦਲ ਸੀ, ਆਪਸ਼ਨ ਸੀ। ਉਦੋਂ ਵੀ ਇਹ ਕਹਿ ਦਿੰਦਾ ਕਿ ਪਹਿਲਾਂ ਨਰਿੰਦਰ ਮੋਦੀ ਦਾ ਸਟੈਂਡ ਸਪਸ਼ਟ ਕਰਾ ਲਓ, ਪਹਿਲਾਂ ਬੀਬੀ ਸੋਨੀਆ ਗਾਂਧੀ ਦਾ ਸਟੈਂਡ ਸਪਸ਼ਟ ਕਰਾ ਲਓ, ਮੈਂ ਵੀ ਸਟੈਂਡ ਸਪਸ਼ਟ ਕਰ ਦੇਵਾਂਗਾ। ਪਰ ਉਦੋਂ ਇਹਨੇ ਆਪਣੇ ਪੱਧਰ ਤੇ ਸਟੈਂਡ ਸਪਸ਼ਟ ਕਰ ਦਿੱਤਾ। ਖੈਰ ਉਹ ਬੀਤੀ ਸੋ ਬੀਤੀ, ਐਤਕੀ ਫਿਰ ਪੰਜਾਬ ਦੇ ਹੱਕ 'ਚ ਪਹਿਲਾਂ ਸਟੈਂਡ ਲੈ ਲਿਆ। ਜੇ ਲੈ ਲਿਆ ਤੇ ਫਿਰ ਅੱਜ ਚੁੱਪ ਕਰ ਸਕਦੇ ਸੀ, ਅੱਜ ਕਹਿ ਦਿੰਦੇ ਕਿ ਸੱਜਣੋ ਮੈਂ ਜਿਹੜੀ ਗੱਲ ਕਹਿਣੀ ਸੀ ਕਹਿ ਦਿੱਤੀ, ਹੁਣ ਇਸ ਮੁੱਦੇ ਤੇ ਮੈਨੂੰ ਵਾਰ ਵਾਰ ਨਾ ਸਵਾਲ ਕਰੋ। ਇਹਨਾਂ ਦੇ ਕੋਲ ਇਹ ਸ਼ਬਦ ਸਨ ਜਿਹੜੇ ਇਹ ਬੋਲ ਕੇ ਆਪਦਾ ਸ਼ੁਭਕਾਰ ਕਰ ਸਕਦੇ ਸੀ, ਪਰ ਪਤਾ ਨਹੀਂ ਕਿਉਂ ਉਹਨਾਂ ਨੇ ਇਹ ਬੋਲਿਆ। ਹੁਣ ਪਾਣੀ ਦਾ ਮੁੱਦਾ ਫਿਰ ਉੱਠੇਗਾ ਤੇ ਪਾਣੀ 'ਚ ਸਿਆਸੀ ਮੈਦਾਨੀ ਹੈ ਜਿਹੜੀ ਉਹ ਫਿਰ ਖੂਬ ਚੱਲੇਗੀ ਜੀ ਜੀ। ਤੇ ਅਗਲੀ ਖਬਰ ਮਿੰਟੂ ਜੀ ਆ ਰਹੀ ਹੈ, ਦਿੱਲੀ ਕਾਂਗਰਸ ਦੇ ਦਫ਼ਤਰ ਦੇ ਮੂਹਰੇ ਲੱਗੇ ਬੁਲਾਰੀਆ, ਅਵਿਨਾਸ਼ ਫਲੋਰ ਦੇ ਪੋਸਟਰ। ਦੇਖੋ ਕਾਂਗਰਸ ਲਈ ਵੀ ਹਾਲਾਤ ਆ ਜਿਹੜੇ ਉਹ ਲਗਭਗ 2012 ਵਾਲੇ ਹੀ ਬਣਦੇ ਜਾ ਰਹੇ ਆ। ਸੂਚੀ ਇਹਨਾਂ ਦੀ ਇੰਨੀ ਕਸੂਤੀ ਹੈ ਕਿ ਸਾਡੇ ਇਲਾਕੇ ਦਾ ਇੱਕ ਬਹੁਤ ਚੋਟੀ ਦਾ ਨੌਜਵਾਨ ਕਾਂਗਰਸੀ ਆਗੂ ਅੱਜ ਹਾਰ ਕੇ ਆਪਣੇ ਫੇਸਬੁੱਕ ਤੇ ਲਿਖੀ ਬੈਠਾ ਸੀ, ਕਹਿੰਦਾ ਕਿ ਸਾਡੀ ਹਾਈਕਮਾਨ ਹੀ ਨੀ ਚਾਹੁੰਦੀ ਕਿ ਅਸੀਂ ਸੱਤਾ ਦੇ ਵਿੱਚ ਆਈਏ। ਦੇਖੋ ਇਹਨਾਂ ਦੇ ਆਪਦੇ ਬੰਦੇ ਆ ਜਿਹੜੇ ਉਹ ਇੰਨੇ ਦੁਖੀ ਹੋਏ ਪਏ, ਕਾਲੇ ਪਏ ਹੋਇਆ ਕਿ ਦੂਜੀਆਂ ਪਾਰਟੀਆਂ ਜਿਹੜੀਆਂ ਪ੍ਰਚਾਰ ਕਰ ਕਰਕੇ ਸਾਥੋਂ ਅੱਗੇ ਨਿਕਲਦੀਆਂ ਜਾਂਦੀਆਂ, ਸਾਡੀ ਸੂਚੀ ਹੈ ਜਿਹੜੀ ਉਹ ਵੀ ਦਿੱਲੀ ਅੜ ਗਈ ਹੈ, ਬਾਹਰ ਹੀ ਨੀ ਆਉਂਦੀ ਪਈ, ਬਾਹਰ ਹੀ ਨੀ ਆਉਂਦੀ ਪਈ। ਪਿਛਲੀ ਵਾਰੀ ਵੀ 2012 ਦੇ ਵਿੱਚ ਇਸੇ ਤਰ੍ਹਾਂ ਹੋਇਆ ਸੀ। ਇਹਨਾਂ ਦੇ ਕੁਛ ਆਪਦੇ ਬੰਦੇ ਜਿਹੜੇ ਹਾਜ਼ਰੀ ਇੱਧਰ ਭਰਦੇ ਸਨ, ਬਾਜਰੀ ਕਿਤੋਂ ਹੋਰ ਖਾਂਦੇ ਸਨ, ਉਹਨਾਂ ਨੇ ਇਸੇ ਤਰ੍ਹਾਂ ਹੀ ਸੂਚੀ ਲੇਟ ਕੀਤੀ। ਉਦੋਂ ਤੱਕ ਲੇਟ ਕੀਤੀ ਜਦੋਂ ਤੱਕ ਦੂਜੇ ਪਾਸੇ ਉਹ ਹਰੀ ਝੰਡੀ ਨਹੀਂ ਹੋ ਗਈ। ਐਤਕੀ ਇਹੋ ਜਿਹਾ ਕੁਛ ਤੇ ਹੈ ਨਹੀਂ, ਇਹੋ ਜਿਹੀ ਸੰਭਾਵਨਾ ਤੇ ਘੱਟ ਆ, ਪਰ ਇਸ ਵਾਰੀ ਇਹਨਾਂ ਦੀ ਸੂਚੀ ਆਪਦੇ ਬੰਦੇ ਹੀ ਲਟਕਾਈ ਜਾ ਰਿਹਾ।
ਸੋ ਉਸ ਸੂਚੀ ਦੇ ਵਿੱਚ ਜਿਹੜੀ ਖਿੱਚੋਤਾਣ ਚੱਲਦੀ ਪਈ ਹੈ, ਕੈਪਟਨ ਅਮਰਿੰਦਰ ਸਿੰਘ ਇੱਕ ਪਾਸੇ ਆਪਦੇ ਤਰੀਕੇ ਦੇ ਨਾਲ ਟਿਕਟਾਂ ਦੀ ਵੰਡ ਕਰਵਾਉਣੀ ਚਾਹੁੰਦਾ ਹੈ, ਉਹਨਾਂ ਸੀਟਾਂ ਤੇ ਬੰਦੇ ਖੜੇ ਕਰਨਾ ਚਾਹੁੰਦਾ ਹੈ ਜਿਹਨਾਂ ਸੀਟਾਂ ਤੇ ਜਿੱਤ ਹੈ ਜਿਹੜੀ ਯਕੀਨੀ ਹੋਵੇ, ਚਾਹੇ ਉਹ ਇੱਧਰੋਂ ਆਇਆ ਹੋਵੇ ਕੋਈ, ਉੱਧਰੋਂ ਆਇਆ ਹੋਵੇ ਕੋਈ, ਕਿਸੇ ਵੀ ਪ੍ਰਕਾਰ ਦਾ ਇਨਸਾਨ ਹੋਵੇ ਕਿ ਸੀਟ ਜਿੱਤ ਲਵੇ। ਕੈਪਟਨ ਅਮਰਿੰਦਰ ਸਿੰਘ ਇਸ ਪਾਸੇ ਨੂੰ ਚੱਲਦਾ ਪਿਆ, ਜਦਕਿ ਦੂਜੇ ਪਾਸੇ ਕਿਉਂਕਿ ਕਾਂਗਰਸ ਦੇ ਵਿੱਚ ਧੜੇ ਇੰਨੇ ਕੁ ਹੈ ਕਿ ਆਮ ਸਕੂਲ ਦੇ ਵਿੱਚ ਪੰਜਾਬ ਵਿੱਚ ਸ਼ਾਇਦ ਜਵਾਕ ਨਹੀਂ ਹੁੰਦੇ ਜਿੰਨੇ ਧੜੇ ਹੈ ਕਾਂਗਰਸ ਦੇ ਵਿੱਚ, ਤੇ ਉਹ ਚਾਰ ਪੰਜ ਹੈ ਜਿਹੜੇ ਉਹ ਆਪੋ ਆਪਣੇ ਧੜੇ ਬਣਾ ਕੇ ਆਪਣੀ ਪਾਰਟੀ ਨੂੰ ਆਪਣੀ ਧੜੇ ਨੂੰ ਟਿਕਟਾਂ ਦਵਾਉਣ ਦੀ ਕੋਸ਼ਿਸ਼ ਕਰਦੇ ਪਏ, ਜਿੱਦਾਂ ਰਵਨੀਤ ਬਿੱਟੂ ਹੈ, ਪ੍ਰਤਾਪ ਬਾਜਵਾ, ਸ਼ਮਸ਼ੇਰ ਦੁੱਲੂ ਹੈ, ਬੀਬੀ ਪੱਠਲ ਹੈ, ਹੋਰ ਵੀ ਦੋ ਤਿੰਨ ਹੋਣਗੇ, ਬੀਬੀ ਅੰਬਿਕਾ ਸੋਨੀ ਹੈ, ਹੋਰ ਵੀ ਦੋ ਤਿੰਨ ਹੋਣਗੇ ਜਿਹਨਾਂ ਦੇ ਨਾਂ ਨਹੀਂ ਪਤਾ। ਸੋ ਕਈ ਸਕੂਲਾਂ ਦੇ ਵਿੱਚ ਇੰਨੇ ਧੜਿਆਂ ਦੇ ਨਾਲ ਜਵਾਕ ਕੱਟਿਆ, ਇਹ ਜਿਹੜੇ ਕਾਂਗਰਸ ਦੇ ਵਿੱਚ ਇਸ ਤਰ੍ਹਾਂ ਦੇ ਧੜੇ ਬਣੇ ਹੋਏ ਆ, ਇਹਨਾਂ ਨੇ ਪਹਿਲਾਂ ਨੁਕਸਾਨ ਕੀਤਾ, ਹੁਣ ਵੀ ਇਹੀ ਕੁਛ ਹੋਣ ਡਿਆ ਕਿ ਇੱਕ ਧੜੇ ਨੂੰ ਮਨਾਉਂਦੇ ਆ, ਰਜ਼ਾਮੰਦ ਕਰਦੇ ਆ, ਦੂਜਾ ਕਹਿੰਦਾ ਨਹੀਂ ਜੀ ਇੱਥੋਂ ਸੀਟ ਇਹਦੀ ਨਹੀਂ ਬਣਦੀ, ਇੱਥੋਂ ਸੀਟ ਇਹਦੀ ਬਣਦੀ ਆ, ਇਹਦੀ ਵਾਲਾ ਉਹਨਾਂ ਦਾ ਆਪਦਾ, ਉਹ ਕਹਿੰਦੇ ਕਿ ਇਹਦੇ ਤੇ ਗੁਣਾ ਪਾ ਦਿਓ, ਦੂਜਾ ਕਹਿੰਦਾ ਕਿ ਨਹੀਂ ਮੇਰੀ ਬਣਦੀ ਹੈ। ਸੋ ਇਹ ਇੱਕ ਜਿਹੜਾ ਅੰਦਰੂਨੀ ਕੰਟੂ ਕਲੇਸ਼ ਚੱਲਦਾ ਪਿਆ, ਉਹਦੇ ਕਰਕੇ ਸੂਚੀ ਤੇ ਲੇਟ ਹੁੰਦੀ ਪਈ ਆ। ਸੂਚੀ ਲੇਟ ਸਿਰਫ ਇਸ ਕਰਕੇ ਨਹੀਂ ਹੋ ਰਹੀ ਕਿ ਉਹ ਸਹੀ ਜਿਹੜੀ ਗਿਣਤੀ ਮਿਣਤੀ ਨਹੀਂ ਹੋ ਰਹੀ, ਬਲਕਿ ਉੱਥੇ ਲੱਤਾਂ ਵੀ ਖਿੱਚੀਆਂ ਜਾ ਰਹੀਆਂ, ਤੇ ਲੱਤਾਂ ਖਿੱਚੀਆਂ ਜਾਣ ਦਾ ਹੀ ਇਹ ਹਿੱਸਾ ਹੈ ਕਿ ਉੱਥੇ ਅਕਬਰ ਰੋਡ ਤੇ ਇਹ ਪੋਸਟਰ ਲਾ ਦਿੱਤੇ ਗਏ। ਪੋਸਟਰ ਦੇ ਵਿੱਚ ਇੰਦਰਵੀਰ ਸਿੰਘ ਬੁਲਾਰੀਆ ਸੀ ਜਿਹੜਾ ਉਹ ਇੰਟਰਨੈਸ਼ਨਲ ਸਮਗਲਰ ਹੈ, ਜਿਹੜਾ ਸਤਾ ਤੇ ਬਿੱਟੂ ਔਲਖ ਉਹਨਾਂ ਦੇ ਨਾਲ ਬੈਠਾ। ਇੱਕ ਹੋਰ ਫੋਟੋ ਦੇ ਵਿੱਚ ਅਵਿਨਾਸ਼ ਚੰਦਰ, ਇੰਦਰਵੀਰ ਸਿੰਘ ਬੁਲਾਰੀਆ, ਭੋਲਾ, ਸਰਬਣ ਸਿੰਘ ਫਲੌਰ ਇਹਨਾਂ ਦੀ ਤਸਵੀਰ ਲਾ ਦਿੱਤੀ ਗਈ, ਤੇ ਥੱਲੇ ਕੈਪਟਨ ਉਹਦੀ ਫੋਟੋ ਲਾ ਦਿੱਤੀ ਗਈ, ਤੇ ਲਿਖ ਦਿੱਤਾ ਗਿਆ ਅਬ ਕਾਂਗਰਸ ਹੀ ਬਣਾਏਗੀ, ਅਬ ਕਾਂਗਰਸ ਬਣਾਏਗੀ ਇਨਕੋ ਆਪਣਾ ਉਮੀਦਵਾਰ। ਸਿੱਧਾ ਅਰਥ ਆ ਕਿ ਉਹ ਜਿਹੜੇ ਲੋਕ ਬਾਹਰੋਂ ਆਏ ਆ, ਜਿਹੜੇ ਦਾਗੀ ਨੇ, ਉਹਨਾਂ ਦੀਆਂ ਫੋਟੋਆਂ ਉੱਥੇ ਨਸ਼ਰ ਕਰਕੇ ਆਪਣੀ ਪਾਰਟੀ ਨੂੰ ਸੁਨੇਹਾ ਦਿੱਤਾ ਜਾ ਰਿਹਾ, ਆਪਣੀ ਪਾਰਟੀ ਨੂੰ ਕਿਹਾ ਜਾ ਰਿਹਾ ਕਿ ਆਹ ਬੰਦੇ ਇਹੋ ਜਿਹਾ ਕਿਰਦਾਰ ਰੱਖਦੇ ਆ, ਇਹੋ ਜਿਹੀਆਂ ਇਹਨੇ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਰਹੇ ਜਾਂ ਗਤੀਵਿਧੀਆਂ 'ਚ ਸ਼ੱਕੀ ਜਾਂ ਇਹ ਦਾਗੀ ਸਨ, ਇਹਨਾਂ 'ਤੇ ਆਹ ਮਾਮਲੇ ਆ, ਇਹ ਮਾਮਲੇ ਬੋਲਦੇ ਆ। ਸੋ ਇਸ ਕਰਕੇ ਇਹ ਬਦਨਾਮ ਲੋਕ ਹੈ, ਇਹਨਾਂ ਨੂੰ ਟਿਕਟ ਕੱਲ੍ਹ ਨੂੰ ਮਿਲ ਗਈ ਤਾਂ ਨੁਕਸਾਨ ਹੋਏਗਾ। ਪਰ ਇਹ ਪੋਸਟਰ ਜਿੱਥੋਂ ਤੱਕ ਲੱਗੇ ਆ, ਉੱਥੋਂ ਤੱਕ ਜੇ ਆਪਾਂ ਨਿਗਾਹ ਮਾਰੀਏ, ਜਾਪਦਾ ਇਹੋ ਹੀ ਹੈ ਕਿ ਕੋਈ ਇਹਨਾਂ ਦੇ ਵਿੱਚ ਦੁਖੀ ਆਤਮਾ ਸੀਗੀ ਜਿਹਨੇ ਇਹ ਸਾਰਾ ਕੁਛ ਕੀਤਾ, ਔਰ ਇਹ ਪੋਸਟਰ ਜਿਹੜੇ ਲਾ ਉਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਬਾਹਰੀ ਆਦਮੀ ਹੈ ਜਿਹੜੇ ਉਹ ਟਿਕਟਾਂ ਲਿਜਾ ਰਹੇ ਆ। ਪਰ ਮੇਰੇ ਖਿਆਲ ਦੇ ਨਾਲ ਜੇ ਇਸੇ ਤਰ੍ਹਾਂ ਹੀ ਉਲਝੇ ਰਹੇ ਕੇਕੜਾ ਖੇਡ ਦੇ ਵਿੱਚ ਕਿ ਇੱਕ ਤੇ ਚੜਿਆ ਦੂਜੇ ਨੇ ਟੰਗ ਖਿੱਚ ਦਿੱਤੀ, ਤੇ ਫਿਰ ਇਹਨਾਂ ਦਾ ਜਿਹੜਾ ਮੁਕੱਦਰ ਹੈ ਉਹ ਉਹੋ ਜਿਹਾ ਹੋ ਜਾਏਗਾ ਜਿਹੋ ਜਿਹਾ ਮੁਕੱਦਰ ਅਸੀਂ ਅੱਗੇ ਵੇਖਿਆ। 10 ਸਾਲ ਇਹਨਾਂ ਦੇ ਹੇਠਲੇ ਪੱਧਰ ਦੇ ਵਰਕਰ ਸੀਗੇ ਜਿਹੜੇ, ਉਹਨਾਂ ਨੇ ਜਿਵੇਂ ਟਾਈਮ ਪਾਸ ਕੀਤਾ ਉਹ ਇਹੋ ਜਿਹਾ ਟਾਈਮ ਪਾਸ ਕੀਤਾ। ਕਈ ਤੇ ਇਹੋ ਜਿਹੇ ਵਰਕਰ ਸਨ ਜਿਹੜੇ ਸ਼ਾਮ ਨੂੰ ਟੈਲੀਫੋਨ ਕਰਕੇ ਘਰੇ ਕਹਿੰਦੇ ਸੀ ਕਿ ਮੈਂ ਤੁਰਿਆ ਆਉਣਾ, ਮੇਰਾ ਆਟਾ ਗੁੰਨ ਲਿਓ, ਅੱਜ ਮੈਂ ਠਾਣੇ ਨਹੀਂ ਬੈਠਾ। ਜੀ 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 ਅਤੇ ਅਗਲੀ ਖਬਰ ਮਿੰਟੂ ਜੀ ਆ ਰਹੀ ਹੈ ਵੀ ਥਾਣੇ ਨੂੰ ਲੈ ਕੇ ਹੀ ਆਪਾਂ ਗੱਲ ਕਰੀਏ ਉਸੇ ਨਾਲ ਦੀ ਮਿਲਦੀ ਜੁਲਦੀ। ਸਿਪਾਹੀਆਂ ਨੂੰ ਹੌਲਦਾਰ ਤਰੱਕੀ ਦੇਣ ਦੇ ਸਮਾਗਮ ਦਾ ਸਿਆਸੀ ਵਿਰੋਧੀਆਂ ਅੱਖ 'ਚ ਰੜਕ ਰਹੀਆਂ ਉਹਨਾਂ ਦੇ ਇਹ ਸਮਾਗਮ। ਪੰਜਾਬ ਸਰਕਾਰ ਹੁਣ ਕਾਹਲੀ ਕਰੀ ਜਾਂਦੀ ਹੈ, ਚੋਣ ਜਦ ਤੱਕ ਕਿਸੇ ਵੀ ਸਮੇਂ ਲੱਗ ਸਕਦਾ। ਇਹਨਾਂ ਨੂੰ ਇਹ ਲੱਗਦਾ ਕਿ ਅਸੀਂ ਵੱਧ ਤੋਂ ਵੱਧ ਵਰਗਾਂ ਨੂੰ, ਵੱਧ ਤੋਂ ਵੱਧ ਲੋਕਾਂ ਨੂੰ, ਵੱਧ ਤੋਂ ਵੱਧ ਅਫਸਰ ਸ਼ਾਹੀ ਨੂੰ ਖੁਸ਼ ਕਰ ਦਈਏ ਤਾਂ ਕਿ ਵੋਟਾਂ ਦੇ ਵਿੱਚ ਉਸ ਖੁਸ਼ੀ ਦਾ ਸਾਨੂੰ ਫਲ ਮਿਲ ਸਕੇ। ਹੁਣ ਇਹਨਾਂ ਨੇ ਕੀ ਕੀਤਾ ਕਿ ਜਿਹੜੇ ਸਿਪਾਹੀ ਸਨ 16 ਸਾਲ ਦੀ ਸਰਵਿਸ ਪੂਰੀ ਕਰ ਚੁੱਕੇ, ਇਹਨਾਂ ਨੂੰ ਪ੍ਰਮੋਟ ਕਰਕੇ ਹੌਲਦਾਰ ਬਣਾ ਦਿੱਤਾ। ਹੌਲਦਾਰ ਬਣਾਇਆ ਉਹ ਤੇ ਠੀਕ ਆ, ਪਰ ਇੱਕ ਸਮਾਗਮ ਰੱਖ ਲਿਆ ਕਿ ਉਹ ਅਸੀਂ ਰਾਜ ਪੱਧਰੀ ਸਮਾਗਮ ਕਰਾਂਗੇ, ਉਹਦੇ ਵਿੱਚ ਇਹਨਾਂ ਨੂੰ ਪ੍ਰਮੋਸ਼ਨ ਦੇਵਾਂਗੇ ਤੇ ਨਾਲੇ ਭਾਸ਼ਣ ਝਾੜਾਂਗੇ। ਕਾਂਗਰਸ ਵਾਲੇ ਕਹਿੰਦੇ ਆ ਕਿ ਇਹ ਸਿੱਧੇ ਤੌਰ ਤੇ ਪੁਲਿਸ ਨੂੰ ਰਿਸ਼ਵਤ ਦੇਣ ਵਰਗਾ ਕਿ ਤੁਹਾਨੂੰ ਜੇ ਅਸੀਂ ਪ੍ਰਮੋਟ ਕੀਤਾ ਸਾਨੂੰ ਵੋਟਾਂ ਪਾਓ। ਹੁਣ ਇਹ ਦੇਖੋ ਇਹ ਤੇ ਸਧਾਰਨ ਜੀ ਗੱਲ ਆ, ਜੇ ਅੱਜ ਸੱਤਾ ਦੇ ਵਿੱਚ ਕਾਂਗਰਸੀ ਹੁੰਦੇ ਤੇ ਉਹਨਾਂ ਵੀ ਹੱਥ ਪੱਲਾ ਇਹੋ ਜਿਹੇ ਮਾਰਨਾ ਸੀ ਕਿ ਜਾਂਦੀ ਵਾਰੀ ਅਸੀਂ ਇਹਨੂੰ ਵੀ ਖੁਸ਼ ਕਰ ਦਈਏ, ਇਹਨੂੰ ਵੀ ਖੁਸ਼ ਕਰ ਦਈਏ, ਉਹਨੂੰ ਵੀ ਖੁਸ਼ ਕਰ ਦਈਏ, ਛੱਡੋ ਸੱਤਾ 'ਚ ਛੱਡੋ, ਇਹ ਤੇ ਪਹਿਲਾਂ ਸੱਤਾ 'ਚ ਆਉਣ ਤੋਂ ਪਹਿਲਾਂ ਹੀ ਕਹੀ ਜਾਂਦੇ ਕਿ ਅਸੀਂ ਇਹਨੂੰ ਵੀ ਖੁਸ਼ ਕਰਾਂਗੇ, ਅਸੀਂ ਇਹਨੂੰ ਵੀ ਖੁਸ਼ ਕਰਾਂਗੇ, ਅਸੀਂ ਇਹਨੂੰ ਵੀ ਖੁਸ਼ ਕਰਾਂਗੇ। ਸਿਆਸਤ ਹੈ ਹੀ ਇਸ ਤਰ੍ਹਾਂ ਦੀ, ਭਾਰਤ ਦੀ ਸਿਆਸਤ, ਪੰਜਾਬ ਦੀ ਸਿਆਸਤ ਹੈ ਜਿਹੜੀ ਉਹ ਹੈ ਹੀ ਇਸ ਤਰ੍ਹਾਂ ਦੀ ਹੈ ਕਿ ਉਹ ਸਿੱਧੇ ਤੌਰ ਤੇ ਨਾ ਸਹੀ, ਅਸਿੱਧੇ ਤੌਰ ਤੇ ਵੋਟਰ ਨੂੰ ਰਿਸ਼ਵਤ ਹੀ ਦਿੰਦੀ ਹੈ, ਉਹਨੂੰ ਖਰੀਦੀ ਹੋਈ ਹੈ, ਉਹਨੂੰ ਚੋਗਾ ਹੀ ਪਾਉਂਦੀ ਹੈ। ਹੁਣ ਇਹਨਾਂ ਨੇ ਜੋ ਕੀਤਾ ਉਹ ਠੀਕ ਆ,
ਕਿ ਉਹ ਆਪਣੇ ਵੋਟਾਂ ਦੇ ਝਾੜ ਲਈ ਕਰਦੇ ਪਏ ਆ, ਪਰ ਇਹਨਾਂ ਨੂੰ ਤੇ ਇੰਨੀ ਕਾਹਲੀ ਹੋਈ ਪਈ ਹੈ। ਆ ਜਲਾਲਾਬਾਦ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਇੱਕ ਉਸ ਬੈਂਕ ਦਾ ਉਦਘਾਟਨ ਕਰ ਗਿਆ ਜਿਹੜਾ ਬੈਂਕ ਉੱਥੇ ਸਵਾ ਸਾਲ ਤੋਂ ਚੱਲਦਾ ਪਿਆ ਸੀ। ਆ ਤੁਸੀਂ ਦੇਖੀ ਹੋਣੀ ਉਹ ਜਲਪਰੀ ਦੀ ਗੱਲ ਕਰਦੇ, ਜਲ ਬਾਸੋ ਕਹਿ ਦਿੰਦੇ ਜਿਹਨੂੰ, ਉਹਦੀ ਗੱਲ ਤੁਸੀਂ ਸੁਣੀ ਹੋਣੀ ਹੈ, ਸਾਰੇ ਵਿਸ਼ਵ ਦੇ ਵਿੱਚ ਉਹਦੀ ਚਰਚਾ ਹੋਈ ਪਈ ਹੈ। ਉਹ ਜਲ ਬਾਸਿਆ ਜਿਹੜੀ ਉਹ ਸਿਰਫ ਤੇ ਸਿਰਫ ਫੋਟੋਆਂ ਖਿਚਾਉਣ ਲਈ ਪਾਣੀ ਦੇ ਵਿੱਚ ਉਤਾਰ ਕੇ ਮੁੜ ਕੇ ਉਹ ਇੱਕ ਦਰਖਤ ਦੇ ਨਾਲ ਲਾ ਕੇ ਖੜੀ ਕਰ ਦਿੱਤੀ ਗਈ, ਚਾਹੇ ਉਹਦੇ ਦੇ ਵਿੱਚ ਪੱਠੇ ਲਿਆਈ ਚੱਲੋ, ਚਾਹੇ ਬਲਦ ਬੰਨ ਦਿਓ, ਉਹ ਹਾਲੇ ਚੱਲਣੀ ਨਹੀਂ। ਉਹ ਸਿਰਫ ਤੇ ਸਿਰਫ ਇਸ ਕਰਕੇ ਚਲਾਈ ਗਈ ਕਿਉਂਕਿ ਚੋਣ ਜਾਬਤਾ ਕਿਸੇ ਵੇਲੇ ਵੀ ਲੱਗ ਸਕਦਾ ਸੀ, ਉਹ ਵੀ ਮੀਲ ਦਾ ਪੱਥਰ ਇਹਨਾਂ ਨੇ ਆਪਣੀਆਂ ਪ੍ਰਾਪਤੀਆਂ ਚ ਗੱਡਣਾ ਸੀ, ਇਸ ਕਰਕੇ ਉਹ ਵੀ ਚਲਾ ਦਿੱਤੀ। ਸੋ ਇਹ ਕਾਹਲੀ ਕੀਤੀ ਜਾ ਰਹੀ ਹੈ ਇਹਦੇ ਨਾਲ। ਕਾਂਗਰਸੀ ਭਾਵੇਂ ਇਹਨੂੰ ਹੁਣ ਅੱਖ ਚ ਪਾ ਕੇ ਰੜਕਾਈ ਜਾਣ, ਜੋ ਮਰਜ਼ੀ ਕਰੀ ਜਾਣ, ਚਾਹੇ ਮੂੰਹ ਚ ਪਾ ਕੇ ਖੜਕਾਈ ਜਾਣ, ਪਰ ਉਹਨਾਂ ਨੇ ਆਪਣਾ ਇਹ ਵਾਜਾ ਜਿੰਨਾ ਦਿਨ ਵੱਜਦਾ ਵਜਾਈ ਜਾਣਾ। ਜੀ ਜੀ, ਤੇ ਅਗਲੀ ਖਬਰ ਮਿੰਟੂ ਜੀ ਆ ਰਹੀ ਹੈ ਵੀ ਨੋਟਬੰਦੀ ਕਰਕੇ ਲੋਕ ਦਾਨ ਪੇਟੀਆਂ ਚ ਪਾਉਣ ਲੱਗੇ ਅਰਜ਼ੀਆਂ। ਅਰਜ਼ੀਆਂ ਵੀ ਬਹੁਤ ਅੱਜ ਕੱਲ ਕਹਿ ਲਈਏ ਕਿ ਬਣ ਗਈ ਜਿਹੜੀ ਹੈ ਵੱਖੋ ਵੱਖਰੀ ਕਿਸਮ ਦੀ ਵੇਖਣ ਨੂੰ ਮਿਲਦੀ। ਕੱਲ ਅਸੀਂ ਗੱਲਬਾਤ ਕਰਦੇ ਪਏ ਸੀ, ਇੱਕ ਸਿਪਾਹੀ ਨੇ ਅਰਜ਼ੀ ਲਿਖ ਦਿੱਤੀ ਵਿਆਹ ਦੀ ਛੁੱਟੀ ਚਾਹੀਦੀ ਸੀ, ਉਹਨੇ ਵਿਆਹ ਨੂੰ ਖੁਦਕੁਸ਼ੀ ਬਣਾ ਕੇ ਮੈਂ ਖੁਦਕੁਸ਼ੀ ਕਰਨੀ, ਮੈਂ ਸੋਚਣਾ, ਮੈਨੂੰ 10 ਦਿਨ ਦੀ ਛੁੱਟੀ ਦਿਓ। ਪਰ ਇੱਥੇ ਮਾਮਲਾ ਉਲਟਿਆ। ਮੱਧ ਪ੍ਰਦੇਸ਼ ਦਾ ਇੱਕ ਮੰਦਰ ਆ, ਪਿਤੰਬਰਾ ਮੰਦਰ ਉਹਨੂੰ ਕਹਿ ਦਿੰਦੇ ਆ, ਮਾਂ ਪਿਤੰਬਰਾ ਦਾ ਮੰਦਰ ਆ, ਉਹਦੇ ਵਿੱਚ ਅੱਗੇ ਚੜਾਵਾ ਚੜਦਾ ਸੀ, ਨੋਟ 1000 ਦੇ 500 ਦੇ ਬਹੁਤ ਨਿਕਲਦੇ ਸਨ। ਅੱਜ ਕੱਲ ਨੋਟ ਆ ਜਿਹੜੇ ਉਹ ਨਹੀਂ ਨਿਕਲਦੇ, ਨੋਟਾਂ ਦੀ ਥਾਂ ਤੇ ਉੱਥੋਂ ਅਰਜ਼ੀਆਂ ਨਿਕਲਦੀਆਂ ਨੇ। ਜਿਵੇਂ ਸਕੂਲਾਂ ਦੇ ਵਿੱਚ ਅਰਜ਼ੀਆਂ ਆਇਆ ਕਰਦੀਆਂ ਸਨ ਕਿ ਮਾਸਟਰ ਜੀ ਅੱਜ ਮੇਰਾ ਪਿਤਾ ਬਿਮਾਰ ਹੈ, ਮੈਨੂੰ ਇੱਕ ਦਿਨ ਦੀ ਛੁੱਟੀ ਦੇ ਦਿਓ, ਜਾਂ ਅਸੀਂ ਜ਼ਰੂਰੀ ਕੰਮ ਜਾਣਾ ਜੀ, ਸਾਨੂੰ ਛੁੱਟੀ ਦੇ ਦਿਓ, ਬਿਮਾਰੀ ਦੀ ਅਰਜ਼ੀ ਹੈ, ਇਹ ਜ਼ਰੂਰੀ ਕੰਮ ਦੀ ਅਰਜ਼ੀ ਹੈ। ਉਸੇ ਤਰ੍ਹਾਂ ਅਰਜ਼ੀਆਂ ਆਉਣ ਲੱਗ ਪਈਆਂ ਨੇ ਤੇ ਅਰਜ਼ੀਆਂ ਵੀ ਬਾ ਕਮਾਲ ਆ। ਕੋਈ ਲਿਖਦਾ ਕਿ ਹੇ ਮਾਂ ਮੇਰੇ ਦੁਸ਼ਮਣ ਨੂੰ ਹਾਰਟ ਅਟੈਕ ਜਾਂ ਹਾਦਸੇ ਚ ਮਾਰ ਦੇ, ਮੈਂ ਤੇਰੇ ਇੰਨੇ ਪੈਸੇ ਚੜਾ ਦੂੰ, ਪਰ ਪੈਸੇ ਮੇਰੇ ਕੋਲ ਹੈ ਨੀ, ਹਲਦੀ ਕੜੀ ਨੋਟਬੰਦੀ ਹੈ, ਜਦੋਂ ਵੀ ਕੰਮ ਖੁੱਲ ਗਿਆ ਤੂੰ ਇੱਕ ਕੰਮ ਕਰ ਦੇ, ਮੈਂ ਤੈਨੂੰ ਆ ਕੇ ਦੇ ਪੈਸੇ ਦੇ ਦੂੰ। ਕੋਈ ਕਹਿੰਦਾ ਕਿ ਫਲਾਣਾ 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 ਉਹਨੇ ਮੈਨੂੰ ਬਹੁਤ ਤੰਗ ਕੀਤਾ, ਉਹਦੇ ਫਲਾਣੇ ਫਲਾਣੇ ਜੀ ਨੂੰ ਮਾਰ ਦੇ ਤੇ ਹਲਦੀ ਕੜੀ ਐ ਕਰ, ਮੇਰੇ ਨਾਲ ਡਰ ਕਰ ਲਾ, ਜਦੋਂ ਮਾੜਾ ਜਿਹਾ ਹੱਥ ਖੁੱਲਦਾ ਮੈਂ ਚੜਾਵਾ ਚੜਾ ਦੂੰ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਅਰਜ਼ੀਆਂ ਆਈਆਂ, ਜੇ ਉਹਨਾਂ ਦੀ ਗਿਣਤੀ ਕਰ ਲਈਏ ਦੁਸ਼ਮਣਾਂ ਚ ਮਾਰਨ ਲਈ 6 ਅਰਜ਼ੀਆਂ ਆਈਆਂ ਹੁਣ ਤੱਕ, ਆਪਣੇ ਉਧਾਰ ਜਿਹੜਾ ਦਿੱਤਾ ਉਹਨੂੰ ਵਾਪਸ ਲਿਆਉਣ ਲਈ 5 ਅਰਜ਼ੀਆਂ ਆਈਆਂ, ਪੁੱਤਰ ਪ੍ਰਾਪਤੀ ਲਈ 12 ਅਰਜ਼ੀਆਂ, ਨੌਕਰੀ ਲਈ ਕਿਉਂਕਿ ਉਹ ਤੇ ਜ਼ਿਆਦੀਆਂ ਹੀ ਹੋਣੀਆਂ, ਤੁਹਾਨੂੰ ਪਤਾ ਬੇਰੁਜ਼ਗਾਰੀ ਬੜੀ ਆ, 40 ਅਰਜ਼ੀਆਂ ਨੇ, ਤੇ ਸੁੱਖ ਸ਼ਾਂਤੀ ਲਈ ਕਿਉਂਕਿ ਸੁੱਖ ਸ਼ਾਂਤੀ ਦੀ ਵੀ ਬੜੀ ਘਾਟ ਆ ਇਸ ਸ਼ੋਰ ਸ਼ਰਾਬੇ ਦੇ ਵਿੱਚ, ਤੇ ਉਹਦੇ ਵੀ 52 ਅਰਜ਼ੀਆਂ ਨੇ। ਸਿਰਫ ਇੱਕੋ ਦਾਨ ਪੇਟੀ ਦੇ ਵਿੱਚੋਂ ਇੰਨੀਆਂ ਅਰਜ਼ੀਆਂ ਨਿਕਲੀਆਂ ਨੇ, ਜਿਹੜੀ ਕੋਈ ਸੁੱਖ ਮੰਗ ਰਿਹਾ ਤੇ ਕੋਈ ਕਿਸੇ ਲਈ ਮੌਤ ਮੰਗਦਾ। ਇਹਦੇ ਵਿੱਚ ਹੁਣ ਅਸੀਂ ਦੇਖ ਸਕਦੇ ਹਾਂ ਕਿ ਇਕੱਲੇ ਲੋਕ ਹੀ ਨਹੀਂ ਪ੍ਰਭਾਵਿਤ ਹੋਏ, ਜਿਹੜੇ ਲੋਕਾਂ ਨੂੰ ਚਲਾਉਂਦੇ ਆ, ਜਿਹੜੇ ਲੋਕ ਰਾਜ ਨੂੰ ਸੰਭਾਲਦੇ ਆ, ਜਿਹੜੇ ਜਿਹਨਾਂ ਨੂੰ ਅਸੀਂ ਕਹਿ ਸਕਦੇ ਸ੍ਰਿਸ਼ਟੀ ਦੇ ਵਾਰਸ ਭਗਵਾਨ, ਉਹ ਵੀ ਨੋਟਬੰਦੀ ਕਰਕੇ ਪ੍ਰਭਾਵਿਤ ਹੋ ਰਹੇ ਆ। ਜੀ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜੇ ਤੇ ਸਾਰੀਆਂ ਖਬਰਾਂ ਦੇ ਨਾਲ ਸਾਨੂੰ ਜਾਣੂ ਕਰਵਾਇਆ। ਇੱਕ ਵਾਰੀ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਪੰਜਾਬ ਭਰ ਤੋਂ ਆਈਆਂ ਖਬਰਾਂ ਬਾਰੇ ਜਾਣੂ ਹੋਵਾਂਗੇ। ਤਦ ਤੱਕ ਲਈ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਸਰੋਤਿਓ, ਇਹ ਸਨ ਮਲੋਟ ਸਟੂਡੀਓ ਤੋਂ ਮਿੰਟੂ ਗੁਰਸਰੀਆ ਜੀ, ਜੋ ਸਾਡੇ ਨਾਲ ਸਵੇਰ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜਦੇ ਨੇ ਤੇ ਪੰਜਾਬ ਅਤੇ ਭਾਰਤ ਤੋਂ ਆਈਆਂ ਇਹਨਾਂ ਖਬਰਾਂ ਦੇ ਉੱਤੇ ਇੱਕ ਨਜ਼ਰ ਤੁਹਾਡੇ ਤੱਕ ਜਿਹੜਾ ਜੀ ਪੇਸ਼ ਕਰਦੇ ਨੇ। ਇੱਕ ਵਾਰੀ ਫਿਰ ਤੁਹਾਡੇ ਨਾਲ ਕੱਲ੍ਹ ਮੁਲਾਕਾਤ ਕਰਾਂਗੇ ਇਸੇ ਸਮੇਂ ਇਸੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਦਿਓ ਇਜਾਜ਼ਤ, ਮੇਰੇ ਵੱਲੋਂ ਇੱਕ ਵਾਰੀ ਫਿਰ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।